ਆਸਾ ਮਹੱਲਾ ਪੰਜਵਾਂ ਸ਼ੰਤ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਾਓ ਇੱਕ ਘੜੀ ਕਰ ਕਿਰਪਾ ਭਗਵੰਤ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਗੁਰੂ ਕੀ ਪਾਵਨ ਹਜ਼ੂਰੀ ਵਿੱਚ ਸੱਜੇ ਦੀਵਾਨਾਂ ਵਿੱਚ ਆਪਾਂ ਸਾਰਿਆਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਪਣੇ ਤਖਤਾਂ 'ਤੇ ਸੁਭਾਏਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ਦਿਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਗੁਰੂ ਕੇ ਤਿਸ ਉਪਦੇਸ਼ ਦੀ ਕਥਾ ਵਿਚਾਰ ਕਰਨ ਔਰ ਸੁਣਨ ਦੇ ਵਾਸਤੇ ਆਪਾਂ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਔਰ ਟੀਵੀ ਮਾਧਿਅਮ ਰਾਹੀਂ ਘਰਾਂ ਦੇ ਵਿੱਚ ਵੀ ਵਡਭਾਗੀ ਸੰਗਤਾਂ ਗੁਰ ਸ਼ਬਦ ਦੇ ਨਾਲ ਜੁੜੀਆਂ ਹੋਈਆਂ ਨੇ। ਸਤਿਗੁਰੂ ਜੀ ਦਾ ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਸ੍ਰੀ ਮੁੱਖ ਵਾਕ ਜੋ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 459 ਉੱਪਰ ਸੁਭਾਏਮਾਨ ਹੈ, ਤਿਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਕੇ ਜੋ ਮਿਲਾਪ ਦਾ ਆਨੰਦ ਹੈ, ਵਾਹਿਗੁਰੂ ਕੇ ਸਿਮਰਨ ਦਾ ਆਨੰਦ ਹੈ, ਨਾਮ ਜਪਣ ਦਾ ਆਨੰਦ ਹੈ, ਉਸ ਦਾ ਵਰਣਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਸਾਨੂੰ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਨਾਲ ਜੋੜਨ ਦੀ ਪ੍ਰੇਰਨਾ ਕੀਤੀ ਹੈ। ਆਸਾ ਰਾਗ ਦੇ ਸ਼ੰਤਾਂ ਵਿੱਚ ਮਹਾਰਾਜ ਅੱਜ ਦਾ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਲਿਵ ਸੁਰਤ ਗੁਰ ਚਰਣਾ ਵਿੱਚ ਜੋੜੀਏ, ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਨਾਲ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ ਸ਼ੰਤ ਕਰ ਸਤਵਾਂ। ਆਸਾ ਰਾਗ ਦਾ ਨਾਮ ਹੈ
ਜੋ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਦੇ ਰਾਗਾਂ ਵਿੱਚ ਚੌਥੇ ਨੰਬਰ ਦੇ ਉੱਪਰ ਹੈ, ਆਸਾ ਮਹੱਲਾ ਪੰਜਵਾਂ। ਸ੍ਰੀ ਅਕਾਲ ਪੁਰਖ ਵਾਹਿਗੁਰੂ ਕੇ ਪੰਜਵੇਂ ਪ੍ਰਤੱਖ ਸਰੂਪ, ਧਰਨ ਗਗਨ ਦਾ ਵਖੰਡ ਮਹਿ ਜੋਤ ਸਵਰੂਪੀ ਰਹੇ ਓ ਭਾਰ, ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਸ਼ਹੀਦਾਂ ਕੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ, ਮਹਾਨ ਪਰ ਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਾ ਬਖਸ਼ਿਸ਼ ਕੀਤਾ ਇਹ ਪਾਵਨ ਉਪਦੇਸ਼ ਹੈ। ਸ਼ੰਤ, ਇਹ ਆਸਾ ਰਾਗ ਦੇ ਸ਼ੰਤਾਂ ਵਿੱਚ ਮਹਾਰਾਜ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ, ਜਿਸ ਵਿੱਚ ਸੁਰ ਤਾਲ ਸੰਗੀਤ ਦਾ ਸੁਮੇਲ ਹੈ। ਘਰ ਸਤਵਾਂ, ਰਾਗ ਦੇ ਸਤਵੇਂ ਘਰ ਭਾਵ ਸੁਰ ਤਾਲ ਦੇ ਵਿੱਚ ਹਜ਼ੂਰ ਇਹ ਪਾਵਨ ਬਚਨ ਉਚਾਰਨ ਕਰਦੇ ਨੇ। ਪਿਛਲਿਆਂ ਸਮਿਆਂ ਵਿੱਚ ਵੀ ਇਸ ਅਸਥਾਨ ਤੋਂ ਸੰਗਤਾਂ ਨੇ ਦਾਸ ਦੇ ਨਾਲ ਘਰ ਅੱਖਰ ਦੀ ਵਿਚਾਰ ਜਿਹੜੀ ਹੈ ਉਸ 'ਚ ਸੰਖੇਪ ਰੂਪ ਦੇ ਵਿੱਚ ਸਾਂਝੀ ਕੀਤੀ ਸੀ। ਜੋ ਹਿੰਦੁਸਤਾਨ ਦੀ ਸੰਗੀਤ ਪੱਧਤੀ ਹੈ, ਸੋ ਇਹਦੇ ਵਿੱਚ ਅਨੇਕਾਂ ਰਾਗ ਨੇ, 10 ਥਾਟ ਮੰਨੇ ਜਾਂਦੇ ਨੇ ਅਤੇ ਉਹਨਾਂ 10 ਥਾਟਾਂ ਦੇ ਵਿੱਚੋਂ ਹੀ ਸਾਰੇ ਰਾਗ ਉਤਪੰਨ ਹੁੰਦੇ ਹੈ। ਰਾਗ ਦਾ ਜਿਹੜਾ ਸੰਬੰਧ ਹੈ ਇਹ ਸੁਰ ਦੇ ਨਾਲ ਹੈ। ਜਿਵੇਂ ਸੰਗੀਤ ਦੀਆਂ 7 ਸੁਰਾਂ ਸਾਰੇ ਗਾਮਾ ਪਾਧਾ ਨਹੀਂ, ਇਹਨਾਂ ਦੇ ਉਤਾਰ ਚੜ੍ਹਾਅ ਦੇ ਨਾਲ ਹੀ ਸਾਰੇ ਰਾਗਾਂ ਦੇ ਸਰੂਪ ਜਿਹੜੇ ਨੇ ਉਹ ਤਿਆਰ ਹੁੰਦੇ ਨੇ ਅਤੇ ਇਸ ਦੇ ਨਾਲ ਜਿਹੜਾ ਕੋਈ ਬਿਤ ਸਾਜ ਵੱਜਦਾ ਭਾਵ ਕੋਈ ਤਬਲਾ, ਮਿਰਦੰਗ, ਪਖਾਵਜ ਇਤਿਆਦਿਕ, ਉਹਨਾਂ ਦੇ ਜਿਹੜੇ ਤਾਲ ਹਨ, ਘਰ ਦਾ ਸੰਬੰਧ ਉਹਨਾਂ ਤਾਲਾਂ ਦੇ ਨਾਲ ਹੈ। ਅਤੇ ਇਉਂ ਹਿੰਦੁਸਤਾਨ ਦੀ ਸੰਗੀਤ ਪੱਧਤੀ ਵਿੱਚ 64 ਧਾਮ ਮੰਨੇ ਹਨ ਰਾਗਾਂ ਦੇ। ਧਾਮ ਸੰਸਕ੍ਰਿਤ ਦਾ ਅੱਖਰ ਹੈ ਜਿਸ ਦਾ ਆਮ ਗੁਰਮੁਖੀ ਵਿੱਚ ਅਰਥ ਹੈ ਘਰ, ਭਾਵ ਕਿ 64 ਧਾਮਾਂ, 64 ਘਰਾਂ ਦੇ ਵਿੱਚ ਸੰਗੀਤ ਜਿਹੜਾ ਇਹ ਗਾਇਆ ਜਾਂਦਾ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਨੇ 17 ਘਰਾਂ ਨੂੰ ਅਸਥਾਨ ਦਿੱਤਾ, ਮਾਨਤਾ ਦਿੱਤੀ ਹੈ। ਸੋ ਅੱਜ ਦਾ ਇਹ ਜੋ ਸਤਿਗੁਰੂ ਜੀ ਕਾ ਉਚਾਰਨ ਕੀਤਾ ਹੋਇਆ ਸਲੋਕ ਦੇ ਸਮੇਤ ਸ਼ੰਤ ਹੈ, ਇਹ ਰਾਗ ਦੇ 7ਵੇਂ ਧਾਮ, 7ਵੇਂ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੇ ਆਰੰਭ ਵਿੱਚ ਬੀਜ ਮੰਤਰ ਰੂਪ ਅਕਾਲ ਪੁਰਖ ਵਾਹਿਗੁਰੂ ਕਾ ਵਸਤੂ ਨਿਰਦੇਸ਼ ਮੰਗਲ ਸਤਿਗੁਰੂ ਜੀ ਨੇ ਰੱਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਖੇਪ ਅਰਥ ਵਿਚਾਰ, ਇੱਕ ਉਹ ਪਰਮਾਤਮਾ ਅਦਵੈਤ ਰੂਪ ਹੈ, ਅਦੁੱਤੀ ਹੈ, ਇੱਕੋ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ, ਸਾਰੇ ਜਗਤ ਦੀ ਉਤਪਤੀ ਪਾਲਣਾ ਅਤੇ ਨਾਸ ਕਰਨ ਵਾਲਾ ਹੈ। ਸਤ ਉਹ ਨਿਸ਼ਚੇ ਵਾਚਕ ਹੈ, ਸੱਚਾ ਹੈ, ਨਾਸ ਤੋਂ ਰਹਿਤ ਹੈ। ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ। ਸਤ ਚੇਤ ਆਨੰਦ, ਇਹ ਵਾਹਿਗੁਰੂ ਕੇ ਸਮੁੱਚੇ ਗੁਣਾਂ ਵਿੱਚੋਂ ਜੋ ਪ੍ਰਮੁੱਖ ਉਹਦੇ ਚਿੰਨ ਹਨ, ਇਹ ਲੱਛਣ ਹਨ, ਇਹ ਸਤਿਗੁਰਾਂ ਨੇ ਕਥਨ ਕੀਤੇ ਨੇ। ਸਤ ਚਿੱਤ ਆਨੰਦ, ਇਹਨਾਂ ਤਿੰਨਾਂ ਅੱਖਰਾਂ ਨੂੰ ਮਿਲਾ ਕੇ ਅੱਖਰ ਬਣਦਾ ਸੱਚ ਦਾ ਆਨੰਦ, ਜੋ ਸ੍ਰੀ ਜਾਪ ਸਾਹਿਬ ਵਿੱਚ ਆਪਾਂ 2 ਵਾਰ ਪੜ੍ਹਦੇ ਹਾਂ। ਪਹਿਲਾਂ ਬਚਨ ਆਉਂਦਾ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ, ਅਤੇ ਅਖੀਰਲੇ ਸ਼ੰਤ ਵਿੱਚ ਆ ਕੇ ਬਚਨ ਆਉਂਦਾ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ। ਸੱਚ ਦਾ ਆਨੰਦ ਤੋਂ ਭਾਵ ਹੈ ਸਤ ਚਿੱਤ ਆਨੰਦ,
ਸਤ ਚਿਤ ਆਨੰਦ ਤੋਂ ਭਾਵ ਹੈ ਸਤ ਗੁਰ ਪ੍ਰਸਾਦ, ਜੋ ਨਾਸ ਤੋਂ ਰਹਿਤ ਸਦਾ ਸੱਚ ਸਰੂਪ ਹੈ, ਜੋ ਚੇਤਨ ਰੂਪ ਹੈ ਅਤੇ ਪ੍ਰਸਾਦ ਆਨੰਦ ਰੂਪ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਲੋਕ ਆਰੰਭ ਵਿੱਚ ਸਤਿਗੁਰੂ ਜੀ ਸਲੋਕ ਉਚਾਰਨ ਕਰਦੇ ਨੇ। ਛੰਦਾਬੰਦੀ ਦੀ ਚਾਲ ਦਾ ਇੱਕ ਛੰਦ ਹੈ ਸਲੋਕ, ਤਿਸ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਾਨੂੰ ਇੱਕ ਅਰਦਾਸ ਬੇਨਤੀ ਕਰਨ ਦੀ ਜਾਚ ਦੱਸਦੇ ਹੈ, ਪ੍ਰੇਰਣਾ ਕਰਦੇ ਹਨ। ਸੁਭ ਚਿੰਤਨ ਗੋਬਿੰਦ ਰਮਨ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਚਰਨਾਂ ਵਿੱਚ ਬੇਨਤੀ ਹੈ ਕਿ ਕਰ ਕਿਰਪਾ ਭਗਵੰਤ। ਹੇ ਭਗਵੰਤ, ਭਗਵਾਨ ਸਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ, ਮੇਰੇ 'ਤੇ ਇਹ ਕਿਰਪਾ ਕਰ ਕਿ ਸੁਭ ਚਿੰਤਨ, ਚਿੰਤਨ ਤੋਂ ਭਾਵ ਹੈ ਚਿਤਵਨੀ, ਸੋਚ, ਫੁਰਨਾ, ਸੰਕਲਪ, ਸੰਕਲਪੋ ਵਿਕਲਪੋ ਹੀ ਮਨਾ। ਸਾਡੇ ਸਰੀਰ ਦੇ ਅੰਦਰ ਜਿਹੜੀ ਇਹ ਮਨ ਰੂਪ ਸ਼ਕਤੀ ਹੈ ਅੰਤਸ਼ਕਰਨ ਦੇ ਵਿੱਚ, ਇਹ ਤਰ੍ਹਾਂ ਤਰ੍ਹਾਂ ਦੇ ਖਿਆਲਾਤ ਪੈਦਾ ਕਰਦੀ ਰਹਿੰਦੀ ਹੈ। ਚੰਗੇ ਖਿਆਲ ਘੱਟ ਪੈਦਾ ਹੁੰਦੇ ਨੇ, ਮੰਦੇ ਖਿਆਲਾਂ ਵਿੱਚ ਇਹ ਮਨ ਜਿਹੜਾ ਇਹ ਬਹੁਤਾ ਪ੍ਰਵਿਰਤ ਹੁੰਦਾ ਹੈ। ਜੰਮਦਿਆਂ ਹੀ ਮਾਇਆ ਧੋਹੇ ਗਈ ਪਛਤਾ ਪਛਤਾਇਆ, ਮਨ ਦੀ ਇਹ ਚੰਚਲਤਾ ਜਨਮ ਲੈਂਦਿਆਂ ਸਾਰ ਹੀ ਆਰੰਭ ਹੋ ਗਈ, ਕਿਉਂਕਿ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲੇਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਜੋ ਮਾਇਆ ਦਾ ਅਮਰ ਹੈ, ਮਾਇਆ ਦਾ ਹੁਕਮ ਹੈ, ਮਾਇਆ ਦਾ ਪ੍ਰਭਾਵ ਹੈ, ਉਸ ਦੇ ਵਿੱਚ ਮਨ ਜਨਮ ਲੈਂਦਿਆਂ ਸਾਰ ਹੀ ਗ੍ਰਸਿਆ ਗਿਆ ਅਤੇ ਅਕਾਲ ਪੁਰਖ ਵਾਹਿਗੁਰੂ ਕੀ ਕਿਰਪਾ, ਸਤਿਗੁਰਾਂ ਦੀ ਬਖਸ਼ਿਸ਼ ਤੋਂ ਬਿਨਾਂ ਸਾਰੀ ਉਮਰ ਹੀ ਇਹ ਜਿਹੜਾ ਸਾਡਾ ਅੰਤਰ ਮਨ ਹੈ ਇਹ ਮੋਹ ਮਾਇਆ ਦੇ ਪ੍ਰਭਾਵ ਹੇਠ ਰਹਿੰਦਾ, ਜਿਸ ਕਰਕੇ ਤਰ੍ਹਾਂ ਤਰ੍ਹਾਂ ਦੇ ਐਸੇ ਸੰਕਲਪ ਉਠਾਉਂਦਾ, ਐਸੀਆਂ ਚਿਤਵਨੀਆਂ ਕਰਦਾ, ਐਸੀਆਂ ਸੋਚਾਂ ਸੋਚਦਾ ਜੋ ਧਰਮ ਤੋਂ ਵਿਹੂਣੀਆਂ ਨੇ, ਜੋ ਸਦਾਚਾਰ ਤੋਂ ਖਾਲੀ ਨੇ, ਭਾਵ ਕਿ ਤਰ੍ਹਾਂ ਤਰ੍ਹਾਂ ਦੇ ਦੁਨਿਆਵੀ ਖਿਆਲਾਂ ਵਿੱਚ ਹੀ ਇਹ ਮਨ ਜਿਹੜਾ ਇਹ ਚਿਤਵਨੀਆਂ ਕਰਦਾ, ਇਹ ਪਰਚਿਆ ਰਹਿੰਦਾ। ਵਾਹਿਗੁਰੂ ਕੇ ਚਰਣਾਂ ਵਿੱਚ ਬੇਨਤੀ ਹੈ ਕਿ ਵਾਹਿਗੁਰੂ ਜੀ ਕਿਰਪਾ ਕਰੋ, ਸ਼ੁਭ ਚਿੰਤਨ, ਮੈਨੂੰ ਸ਼ੁਭ ਚਿਤਵਨੀ ਦੀ ਦਾਤ ਬਖਸ਼ਿਸ਼ ਕਰੋ, ਮੇਰੇ ਚਿੱਤ ਅੰਦਰ ਚਿਤਵਨੀ ਜਿਹੜੀ ਹੈ ਉਹ ਸ਼ੁਭ ਪੈਦਾ ਹੋਵੇ, ਮਨ ਦੇ ਖਿਆਲ ਚੰਗੇ ਹੋਣ। ਉਹ ਸ਼ੁਭ ਚਿਤਵਨੀ ਕਿਹੜੀ ਹੈ? ਗੋਬਿੰਦ ਰਮਣ। ਗੋਬਿੰਦ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ, ਜੋ ਹੈ ਅਕਾਲ ਪੁਰਖ ਵਾਹਿਗੁਰੂ ਆਪ ਦਾ ਸਰੂਪ ਹੈ, ਤਿਸ ਦਾ ਰਮਣ। ਰਮਣ ਦਾ ਅਰਥ ਹੈ ਉਚਾਰਨ। ਆਪ ਜੀ ਕੇ ਨਾਮ ਜਪਣ ਦੀ ਚਿਤਵਨੀ ਹੀ ਸਦਾ ਮੇਰੇ ਮਨ ਅੰਦਰ ਬਣੀ ਰਹੇ, ਸ਼ੁਭ ਕਰਮਾਂ ਦੀਆਂ ਚਿਤਵਨੀਆਂ, ਨੇਕ ਕਰਮਾਂ ਦੀਆਂ ਸੋਚਾਂ ਮਨ ਅੰਦਰ ਪੈਦਾ ਹੋਣ, ਅਤੇ ਮੈਂ ਆਪ ਜੀ ਕੇ ਪਰਮ ਪਵਿੱਤਰ ਨਾਮ ਦਾ ਉਚਾਰਨ ਕਰਦਾ ਰਹਾਂ। ਨਿਰਮਲ ਸਾਧੂ ਸੰਗ। ਅਤੇ ਜਿਹੜੇ ਆਪ ਜੀ ਦੇ ਨਿਰਮਲ, ਮੋਹ ਮਾਇਆ ਦੀ ਮੈਲ ਤੋਂ ਰਹਿਤ ਸਾਧੂ ਜਨ ਨੇ, ਉਹਨਾਂ ਦਾ ਮੈਨੂੰ ਸੰਗ, ਉਹਨਾਂ ਦੀ ਸੰਗਤ ਪ੍ਰਾਪਤ ਹੋਵੇ। ਜੀਵਨ ਵਿੱਚ ਵਿਚਰਦਿਆਂ ਆਪਾਂ ਅਨੇਕ ਪ੍ਰਕਾਰ ਦੀ ਸੰਗਤ ਕਰਦੇ ਹਾਂ ਅਤੇ ਮਨ ਚੰਚਲਤਾ ਦੇ ਵੱਸ ਸਾਡਾ ਬੁਰੀ ਸੰਗਤ ਦੇ ਵਿੱਚ ਪ੍ਰਵਿਰਤ ਹੁੰਦਾ ਹੈ। ਅਰਦਾਸ ਬੇਨਤੀ ਕਰਕੇ ਦਾਤ ਇਹ ਮੰਗਣੀ ਹੈ ਕਿ ਮਹਾਰਾਜ, ਆਪ ਜੀ ਕੇ ਸਾਧੂ ਜਨਾਂ ਦਾ ਸੰਗ ਮੈਨੂੰ ਪ੍ਰਾਪਤ ਹੋਵੇ। ਕਰਦੇ ਹਾਂ ਨਾ ਅਰਦਾਸ ਬੇਨਤੀ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਧੂ ਕੌਣ? ਕਿਸੇ ਖਾਸ ਭੇਖ ਦਾ, ਕਿਸੇ ਲਿਬਾਸ ਦਾ, ਕਿਸੇ ਬਨਾਵਟ ਦਾ ਨਾਮ ਸਾਧ ਨਹੀਂ। ਗੁਰਮਤਿ ਦੇ ਮੁਤਾਬਕ, ਗੁਰਮਤਿ ਦੇ ਮਹਾਨ ਵਿਆਖਿਆਕਾਰ
ਭਾਈ ਸਾਹਿਬ ਭਾਈ ਗੁਰਦਾਸ ਦੀ ਸਾਧੂ ਦੀ ਪਰਿਭਾਸ਼ਾ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਗੁਰੂ ਕੀ ਕਿਰਪਾ ਦੇ ਨਾਲ ਜਿਸ ਨੇ ਅਸਾਧ ਨੂੰ ਸਾਧ ਲਿਆ, ਅਸਾਧ ਦਾ ਮਤਲਬ ਜਿਹੜਾ ਸਾਧਿਆ ਨਾ ਜਾਵੇ, ਜਿਹੜਾ ਕਾਬੂ ਵਿੱਚ ਨਾ ਆਵੇ, ਜਿਹੜਾ ਵਸ ਵਿੱਚ ਨਾ ਆਵੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਅਸਾਧ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਪੰਜਾਂ ਵਿਸ਼ਿਆਂ ਦਾ ਪ੍ਰਭਾਵ ਅਸਾਧ ਹੈ, ਇਹ ਸਾਡੇ ਕਾਬੂ ਵਿੱਚ ਨਹੀਂ ਆਉਂਦਾ। ਸਾਡਾ ਮਨ ਅਸਾਧ ਹੈ, ਜਗਤ ਅੰਦਰ ਉਸਤਤ ਅਤੇ ਨਿੰਦਾ ਇਤਿਆਦਕ ਇਹ ਅਸਾਧ ਨੇ। ਜਿਨ੍ਹਾਂ ਨੇ ਗੁਰੂ ਕੀ ਕਿਰਪਾ ਨਾਲ ਅਸਾਧ ਨੂੰ ਸਾਧ ਲਿਆ, ਆਪਣੇ ਕਾਬੂ ਵਿੱਚ ਕਰ ਲਿਆ, ਵਸ ਵਿੱਚ ਕਰ ਲਿਆ, ਭਾਉ ਭਗਤੀ ਦੀ ਸਾਧਨਾ ਕਮਾਈ ਕਰਨ ਵਾਲੇ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਸਾਧ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰੋ, ਐਸੇ ਜਿਹੜੇ ਆਪ ਜੀ ਕੇ ਸਾਧੂ ਜਨ ਨੇ ਤਿਨ੍ਹਾਂ ਦੀ ਸੰਗਤ ਆਪ ਸਾਨੂੰ ਕਿਰਪਾ ਕਰਕੇ ਬਖਸ਼ੋ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੀਨ ਪਗ ਸਾਧਾ। ਸੋ ਸਾਰੀ ਪੰਗਤੀ ਤੋਂ ਭਾਵ ਕਿ ਸਾਧ ਸੰਗਤ ਕਰਨ ਦੀ ਭਾਵਨਾ ਸਾਡੇ ਮਨ ਵਿੱਚ ਬਣੇ, ਮਨ ਦੀ ਚਿਤਵਨੀ ਇਹ ਹੋਵੇ, ਸੋਚ ਹੋਵੇ ਕਿ ਮੈਂ ਸਾਧ ਸੰਗਤ ਕਰਾਂ, ਮੈਂ ਵਾਹਿਗੁਰੂ ਕਾ ਨਾਮ ਜਪਾਂ, ਅਤੇ ਫਿਰ ਇਹ ਚਿਤਵਨੀ ਹੈ ਵਾਹਿਗੁਰੂ ਜੀ ਆਪ ਜੀ ਕੀ ਕਿਰਪਾ ਨਾਲ ਪੂਰੀ ਵੀ ਹੋਵੇ, ਸ਼ੁਭ ਚਿਤਵਨੀ ਹੋਵੇ, ਆਪ ਜੀ ਕੇ ਗੁਣਾਂ ਦਾ ਮੈਂ ਉਚਾਰਨ ਕਰਦਾ ਰਹਾਂ, ਨਾਮ ਜਪਦਾ ਰਹਾਂ, ਸਿਮਰਨ ਕਰਦਾ ਰਹਾਂ, ਅਤੇ ਉੱਜਲ ਜੀਵਨ ਵਾਲੇ ਜਿਹੜੇ ਮਹਾਤਮਾ ਸਾਧੂ ਜਨ ਨੇ, ਗੁਰੂ ਕੇ ਪਿਆਰੇ ਗੁਰਮੁਖ ਜਨ, ਉਹਨਾਂ ਦੀ ਸੰਗਤ ਮੈਨੂੰ ਮਿਲੇ, ਇਹ ਕਿਰਪਾ ਕਰੋ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਤੁਮ ਕਰਹੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਨਾਨਕ ਨਾਮ ਨਾ ਵਿਸਰਾਉ ਇੱਕ ਘੜੀ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਇਉਂ ਅਰਦਾਸ ਬੇਨਤੀ ਕਰੀਏ ਕਿ ਨਾਮ ਨਾ ਵਿਸਰਾਉ ਇੱਕ ਘੜੀ। ਹੇ ਅਕਾਲ ਪੁਰਖ ਜੀ, ਇੱਕ ਘੜੀ ਮਾਤਰ ਵੀ ਮੈਨੂੰ ਆਪ ਜੀ ਕਾ ਨਾਮ ਵਿਸਰੇ ਨਾ, ਭਾਵ ਕੇ ਕਦੇ ਭੁੱਲੇ ਨਾ, ਐਸੀ ਕਿਰਪਾ ਕਰੋ ਆਪ ਜੀ ਕਿ ਸਦਾ ਆਪ ਜੀ ਕੇ ਨਾਮ ਦੇ ਸਿਮਰਨ ਵਿੱਚ ਮੇਰਾ ਚਿੱਤ ਜੁੜਿਆ ਰਹੇ। ਬੜੇ ਸੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਬਚਨ ਨੇ, ਕਬਹੂ ਨਾ ਵਿਸਰੈ ਹੀਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਮਹਾਰਾਜ, ਮੈਂ ਇਹੀ ਦਾਨ ਆਪ ਜੀ ਤੋਂ ਮੰਗਦਾ ਹਾਂ ਕਿ ਮੇਰੇ ਹਿਰਦੇ ਵਿੱਚੋਂ ਕਦੇ ਵੀ ਆਪ ਜੀ ਕਾ ਧਿਆਨ ਨਾ ਵਿਸਰੇ, ਆਪ ਜੀ ਕਾ ਪ੍ਰੇਮ ਨਾ ਵਿਸਰੇ, ਆਪ ਜੀ ਕਾ ਨਾਮ ਨਾ ਭੁੱਲੇ। ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏ ਹੋ। ਇੱਕ ਘੜੀ ਮਾਤਰ, ਸੋ ਸਮੇਂ ਦੀ ਗਣਨਾ ਮੁਤਾਬਕ 24 ਜਾਂ 24.5 ਮਿੰਟ ਦੀ ਇੱਕ ਘੜੀ ਮੰਨੀ ਜਾਂਦੀ ਹੈ। ਮਹਾਰਾਜ, ਇੱਕ ਘੜੀ ਮਾਤਰ ਵੀ ਮੈਨੂੰ ਆਪ ਜੀ ਕਾ ਨਾਮ ਸਿਮਰਨ ਕਦੇ ਨਾ ਵਿਸਰੇ, ਕਦੇ ਨਾ ਭੁੱਲੇ। ਕਰ ਕਿਰਪਾ ਭਗਵੰਤ। ਹੇ ਭਗਵੰਤ, ਭਗਵਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਇਹ ਕਿਰਪਾ ਮੇਰੇ ਉੱਪਰ ਕਰੋ, ਇਸ ਬਖਸ਼ਿਸ਼ ਦੇ ਨਾਲ ਇਹ ਸਤਿਗੁਰੂ ਜੀ ਮੈਨੂੰ ਨਿਵਾਜਣਾ ਕਰੋ। ਸ਼ੰਤ, ਅੱਗੇ ਸ਼ੰਤ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਉਚਾਰਨ ਕਰਦੇ ਨੇ। 6-6 ਪੰਗਤੀਆਂ ਦਾ ਇੱਕ ਇੱਕ ਪਦ ਤੇ 4 ਪਦ ਸ਼ੰਤ ਦੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਚਾਰਨ ਕੀਤੇ ਹਨ। ਪਿੰਨੀ ਰਹਿਣੜੀਐ ਜਾਮ ਕਨ ਤਾਰੇ। ਹਜ਼ੂਰ ਫਰਮਾਉਂਦੇ ਨੇ ਪਿੰਨੀ ਰਹਿਣੜੀਐ, ਭਿੱਜੀ ਹੋਈ ਰਾਤ। ਸਾਧ ਸੰਗਤ ਜੀ, ਜੋ ਅੰਮ੍ਰਿਤ ਵੇਲੇ ਦਾ ਸਮਾਂ ਹੈ,
ਆਕਾਸ਼ ਤੋਂ ਕੁਦਰਤੀ ਤੌਰ 'ਤੇ ਜੋ ਪਾਣੀ ਦੀਆਂ ਟਪਕੀਆਂ ਬੂੰਦਾਂ ਤ੍ਰੇਲ ਬਣ ਕੇ ਆਈਆਂ, ਉਹਨਾਂ ਦੇ ਨਾਲ ਉਹ ਸਮਾਂ ਜਿਹੜਾ ਉਸ ਵੇਲੇ ਧਰਤੀ ਕੁਝ ਭਿੱਜੀ ਹੋਈ ਹੁੰਦੀ ਹੈ, ਇਸੇ ਤਰ੍ਹਾਂ ਧਰਤੀ ਜਿਹੜੀ ਹੈ ਬਿਲਕੁਲ ਸ਼ਾਂਤ ਰਸ ਵਿੱਚ ਭਿੱਜੀ ਹੋਈ ਹੁੰਦੀ ਹੈ। ਦਿਨ ਭਰ ਦਾ ਸ਼ੋਰ ਸ਼ਰਾਬਾ ਅਤੇ ਕਈ ਇਉਂ ਰਾਤ ਤੱਕ ਵੀ ਇਸ ਪ੍ਰਕਾਰ ਦੀ ਆਵਾਜਾਈ ਚੱਲਦੀ ਰਹਿੰਦੀ ਹੈ, ਪਰ ਕੋਈ ਅੱਧੀ ਰਾਤ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਉਸ ਵੇਲੇ ਸਾਰੀ ਕਾਇਨਾਤ ਟਿਕਾਅ ਵਿੱਚ ਹੁੰਦੀ ਹੈ। ਇਉਂ ਟਿਕਾਅ ਵਿੱਚ ਭਿੱਜੀ ਹੋਈ ਉਹ ਜਿਹੜੀ ਰਾਤ ਹੈ ਨਾ, ਚਮਕਣ ਤਾਰੇ, ਆਕਾਸ਼ ਦੇ ਵਿੱਚ ਤਾਰੇ ਜਿਹੜੇ ਨੇ ਚਮਕਦੇ ਨੇ, ਜਗਮਗਾਉਂਦੇ ਹਨ ਉਸ ਵਕਤ। ਜਗਹਿ ਸੰਤ ਜਨਾ ਮੇਰੇ ਰਾਮ ਪਿਆਰੇ, ਉਸ ਵਕਤ ਮੇਰੇ ਰਾਮ, ਮੇਰੇ ਰਮੇ ਹੋਏ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜੋ ਸੰਤ ਜਨ ਨੇ, ਉਹ ਸਰੀਰਕ ਨਿੰਦਿਆ, ਸਰੀਰਕ ਨਿੰਦਰਾ ਦਾ ਤਿਆਗ ਕਰਕੇ ਜਾਗਦੇ ਹਨ, ਸਰੀਰਕ ਰੂਪ ਵਿੱਚ ਉੱਠਦੇ ਨੇ। ਜਦੋਂ ਕੁੱਲ ਸ੍ਰਿਸ਼ਟੀ ਸੁੱਖ ਦੀ ਗੂੜੀ ਨੀਂਦ ਵਿੱਚ ਸੁੱਤੀ ਹੋਈ ਹੁੰਦੀ ਹੈ, ਚਾਰ ਚਫੇਰੇ ਚੁੱਪ ਅਤੇ ਸ਼ਾਂਤੀ ਦਾ ਪਸਾਰਾ ਹੁੰਦਾ ਹੈ, ਟਿਕਾਓ ਹੁੰਦਾ ਹੈ, ਉਸ ਵੇਲੇ ਭਿੱਜੀ ਹੋਈ ਇਸ ਰਾਤ ਵਿੱਚ ਚਮਕਦੇ ਹੋਏ ਤਾਰਿਆਂ ਦੇ ਸਮੇਂ ਪਰਮਾਤਮਾ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹ ਜਾਗਦੇ ਨੇ, ਉਹ ਉੱਠਦੇ ਨੇ, ਕੀ ਕਰਦੇ ਨੇ, ਵਾਹਿਗੁਰੂ ਕਾ ਨਾਮ ਜਪਦੇ, ਪਰਮਾਤਮਾ ਦਾ ਸਿਮਰਨ ਕਰਦੇ ਨੇ। ਚੌਥਾ ਪਹਿਰ ਸਭਾ ਹਕੈ ਸੁਰਤਿਆ ਉਪਜੈ ਚਾਓ, ਤਿਨਾ ਦਰਿਆਵਾ ਸਿਓ ਦੋਸਤੀ ਮਾਨ ਮੁਖ ਸੱਚਾ ਨਾਉ। ਸੋ ਜਿਹੜਾ ਰਾਤ ਦਾ ਚੌਥਾ ਪਹਿਰ ਹੈ ਇਹ ਅਗਲੀ ਸੁਬਾਹ ਦਾ ਵਕਤ ਹੈ। ਚੌਥਾ ਪਹਿਰ ਸਭਾ ਹਕੈ ਸੁਰਤਿਆ ਉਪਜੈ ਚਾਓ, ਜੋ ਸ੍ਰੇਸ਼ਟ ਤੌਰ 'ਤੇ ਰੱਤੇ ਹੋਏ ਨੇ ਪਰਮਾਤਮਾ ਦੇ ਨਾਲ, ਜਿਨ੍ਹਾਂ ਦੀ ਸੁਰਤ ਉਸ ਅਕਾਲ ਪੁਰਖ ਵਾਹਿਗੁਰੂ ਕੇ ਸਿਮਰਨ ਵਿੱਚ ਜੁੜੀ ਹੈ, ਉਹਨਾਂ ਦੇ ਮਨ ਅੰਦਰ ਚਾਅ ਪੈਦਾ ਹੁੰਦਾ ਹੈ ਕਿ ਇਹ ਵਕਤ ਹੁਣ ਟਿਕਾ ਵਾਲਾ ਹੈ, ਇਸ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ, ਹੁਣ ਉੱਠੀਏ, ਵਾਹਿਗੁਰੂ ਕਾ ਨਾਮ ਜਪੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ। ਇਉਂ ਤਿਨਾ ਦਰਿਆਵਾ ਸੇ ਉਹ ਦੋਸਤੀ, ਜਦੋਂ ਚਾਅ ਪੈਦਾ ਹੁੰਦਾ ਕਿ ਹੁਣ ਟਿਕੇ ਹੋਏ ਇਸ ਸਮੇਂ ਦੇ ਵਿੱਚ ਸੁਰਤ ਨੂੰ ਟਿਕਾ ਕੇ ਪਰਮਾਤਮਾ ਦਾ ਨਾਮ ਜਪੀਏ, ਤਾਂ ਪਹਿਲਾਂ ਤਾਂ ਪ੍ਰਤਿਅਖ ਦਰਿਆਵਾਂ ਦੇ ਨਾਲ ਭਾਵ ਕਿ ਜਲ ਦੇ ਨਾਲ ਦੋਸਤੀ ਇਸ਼ਨਾਨ ਕਰਦੇ ਨੇ, ਫਿਰ ਅੰਤਰੀਪ ਰੂਪ ਵਿੱਚ ਜੋ ਪਰਮਾਤਮਾ ਦਾ ਨਾਮ ਰੂਪੀ ਸਮੁੰਦਰ ਹੈ, ਸਤਸੰਗਤ ਰੂਪੀ ਸਮੁੰਦਰ ਹੈ, ਉਹਦੇ ਨਾਲ ਉਹਨਾਂ ਦੀ ਦੋਸਤੀ ਹੁੰਦੀ ਹੈ, ਪਿਆਰ ਹੁੰਦਾ, ਪ੍ਰੇਮ ਹੁੰਦਾ। ਮਨ ਮੁਖ ਸੱਚਾ ਨਾਉ, ਉਹਨਾਂ ਦੇ ਮਨ ਅੰਦਰ ਵੀ ਪਰਮਾਤਮਾ ਦਾ ਸੱਚਾ ਨਾਮ ਵੱਸਦਾ ਅਤੇ ਮੁਖ ਦੇ ਵਿੱਚ ਵੀ ਸੱਚਾ ਨਾਮ ਵੱਸਦਾ, ਭਾਵ ਮੂੰਹੋਂ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਅਤੇ ਮਨ ਵੀ ਉਹਨਾਂ ਦਾ ਨਾਮ ਸਿਮਰਨ ਵਿੱਚ ਜੁੜਿਆ ਹੋਇਆ ਹੁੰਦਾ। ਇਉਂ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ, ਮੇਰੇ ਸਰਬ ਵਿਆਪਕ ਵਾਹਿਗੁਰੂ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹ ਵਾਹਿਗੁਰੂ ਕਾ ਨਾਮ ਜਪਣ ਲਈ ਸਰੀਰਕ ਨੀਂਦ ਨੂੰ ਤਿਆਗ ਕੇ ਜਾਗਦੇ ਨੇ, ਉੱਠਦੇ ਨੇ, ਨਾਮ ਸਿਮਰਨ ਵਿੱਚ ਜੁੜਦੇ ਨੇ। ਅਤੇ ਫਿਰ ਵਾਹਿਗੁਰੂ ਕੀ ਕਿਰਪਾ ਕੀ ਹੁੰਦੀ ਹੈ ਕਿ ਭਿੰਨੀ ਰਹਿਣੜੀ ਹੈ ਉਹਨਾਂ ਦੀ ਜਿਹੜੀ ਅਵਸਥਾ ਰੂਪੀ ਉਮਰ ਰੂਪੀ ਰਾਤ ਹੈ, ਅੰਤਰੀਵ ਅਵਸਥਾ ਰੂਪੀ ਰਾਤ ਹੈ ਨਾ, ਉਹ ਸਾਧ ਸੰਗਤ ਜੀ ਸ਼ਰਧਾ ਦੇ ਰੰਗ ਵਿੱਚ ਭਿੱਜ ਜਾਂਦੀ ਹੈ, ਸ਼ਰਧਾ ਦੇ ਜਲ ਵਿੱਚ, ਪ੍ਰੇਮ ਦੇ ਰੰਗ ਵਿੱਚ ਭਿੱਜੀ ਹੁੰਦੀ ਹੈ, ਅਤੇ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਰੂਪੀ ਜਿਹੜੇ ਤਾਰੇ ਨੇ ਉਹ ਉਹਨਾਂ ਦੇ ਅੰਤਸ਼ਕਰਨ ਰੂਪੀ ਆਕਾਸ਼ ਵਿੱਚ ਉਦੋਂ ਚਮਕਦੇ ਨੇ। ਅਤੇ ਇਉਂ ਨਾਮ ਸਿਮਰਨ ਦਾ ਆਨੰਦ ਮੰਨਦਿਆਂ ਮਾਣਦਿਆਂ ਹੋਇਆਂ ਜਾਗਹਿ ਸੰਤ ਜਨਾ,
ਉਹ ਸੰਤ ਜਨ ਜਿਹੜੇ ਨੇ ਸਦਾ ਅਧਿਆਤਮਿਕ ਗਿਆਨ ਦੀ ਅਵਸਥਾ ਵਿੱਚ ਜਾਗਦੇ ਨੇ। ਆਪਾਂ ਤਾਂ ਸਾਰੇ ਸੁੱਤੇ ਹੋਏ ਹਾਂ, ਤੁਰਦੇ ਫਿਰਦੇ ਹਾਂ, ਕੰਮ ਕਾਰ ਕਰਦੇ ਹਾਂ, ਸਰੀਰਕ ਤੌਰ 'ਤੇ ਜਾਗਦੇ ਹਾਂ, ਪਰ ਅੰਤਰੀਵ ਤੌਰ 'ਤੇ ਆਪਾਂ ਸੁੱਤੇ ਪਏ ਹਾਂ। ਸਾਡੀ ਤਰ੍ਹਾਂ ਤਰ੍ਹਾਂ ਦੀ ਨੀਂਦ ਦਾ ਵਰਣਨ ਸਤਿਗੁਰੂ ਜੀ ਗੁਰਬਾਣੀ ਵਿੱਚ ਕਰਦੇ ਨੇ, ਨੈਨਹੁ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਆ ਅੱਖਾਂ ਦੇ ਵਿੱਚ ਜਿਹੜੀ ਵਿਕਾਰ ਭਰੀ ਨਿਗਾਹ ਹੈ, ਪਰਾਏ ਰੂਪ ਨੂੰ ਵਿਕਾਰ ਭਰੀ ਨਿਗਾਹ ਦੇ ਨਾਲ ਵੇਖਣਾ, ਪਰਾਈ ਸੰਪਤੀ, ਪਰਾਇਆ ਧਨ, ਪਰਾਈ ਜਾਇਦਾਦ, ਉਸ ਨੂੰ ਲਾਲਚ ਭਰੀ ਦ੍ਰਿਸ਼ਟੀ ਨਾਲ ਦੇਖਣਾ, ਇਹ ਅੱਖਾਂ ਦੀ ਵਿਕਾਰ ਦ੍ਰਿਸ਼ਟੀ ਹੈ, ਇਹ ਅੱਖਾਂ ਦੀ ਨੀਂਦ ਹੈ। ਇਹਨਾਂ ਨੀਂਦਾਂ ਵਿੱਚ ਇਹ ਅੱਖਾਂ ਸਦਾ ਹੀ ਸੁੱਤੀਆਂ ਪਈਆਂ ਨੇ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸਾਡੇ ਕੰਨ ਵੀ ਸੁੱਤੇ ਪਏ ਨੇ, ਜੋ ਨਿੰਦਾ ਦੀਆਂ ਵਿਚਾਰਾਂ ਸੁਣਦੇ ਨੇ, ਦੂਜਿਆਂ ਦੀ ਨਿੰਦਾ, ਦੂਜਿਆਂ ਦੀ ਨਿਖੇਧੀ ਸੁਣ ਕੇ ਖੁਸ਼ ਹੁੰਦੇ ਹਾਂ, ਨਿੰਦਣ ਯੋਗ ਵਿਚਾਰਾਂ, ਤਰ੍ਹਾਂ ਤਰ੍ਹਾਂ ਦੇ ਮੰਦੇ ਗੀਤ, ਭੈੜੇ ਖਿਆਲਾਤ, ਉਹ ਸੁਣਨ ਦਾ ਚਸਕਾ ਕੰਨਾਂ ਨੂੰ ਪਿਆ, ਕੰਨ ਇਸ ਅਗਿਆਨ ਵਿੱਚ ਸੁੱਤੇ ਪਏ ਹੈ। ਰਸਨਾ ਸੋਈ, ਜੀਭ ਵੀ ਸੁੱਤੀ ਪਈ ਹੈ। ਲੋਭ ਮੀਠਾ ਸਾਧ, ਤਰ੍ਹਾਂ ਤਰ੍ਹਾਂ ਦੇ ਮਿੱਠੇ ਸਵਾਦਾਂ ਦਾ ਲੋਭ, ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ ਦਾ ਲੋਭ, ਨਿੰਦਾ ਚੁਗਲੀ ਕਰਨ ਦਾ ਜਿਹੜਾ ਲੋਭ ਹੈ, ਇਉਂ ਇਹਨਾਂ ਔਗਣਾਂ ਵਿੱਚ ਇਹ ਸਾਡੀ ਜ਼ੁਬਾਨ ਸੁੱਤੀ ਪਈ ਹੈ। ਅਤੇ ਇਹਨਾਂ ਸਾਰੇ ਇੰਦਰੀਆਂ ਦਾ ਪ੍ਰੇਰਕ ਜੋ ਹੈ ਮਨ, ਮਨ ਸੋਇਆ ਮਾਇਆ ਬਿਸਮਾਦ, ਮਾਇਆ ਦੇ ਅਸਤਰਜ ਕੌਤਕਾਂ ਵਿੱਚ ਲੱਗ ਕੇ ਇਹ ਮਨ ਵੀ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਇਉਂ ਸੁੱਤਿਆਂ ਗਈ ਵਿਹਾਏ, ਸੁੱਤਿਆਂ ਹੀ ਸਾਡੀ ਸਾਰੀ ਉਮਰ ਬੀਤ ਜਾਂਦੀ ਹੈ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਾਗ ਹੈ ਸੰਤ ਜਨਾ, ਗੁਰਮੁਖ ਜਾਗ ਰਹੇ ਚੁੱਕੀ ਅਭਿਮਾਨੀ ਰਾਮ, ਇਹ ਹਰ ਤਰ੍ਹਾਂ ਦੇ ਵਿਕਾਰਾਂ ਰੂਪੀ ਨਿੰਦਿਆ ਦਾ, ਅਗਿਆਨ ਰੂਪੀ ਨੀਂਦ ਦਾ ਤਿਆਗ ਕਰਕੇ ਉਹ ਗੁਰਮੁਖ ਪਿਆਰੇ ਜਿਹੜੇ ਨੇ, ਉਹ ਅਧਿਆਤਮਿਕ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਦਾ ਹੀ ਜਾਗਦੇ ਨੇ। ਇਉਂ ਉਹ ਮੇਰੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋ ਜਾਂਦੇ ਨੇ। ਰਾਮ ਪਿਆਰੇ ਸਦਾ ਜਾਗੇ ਹੈ, ਰਾਮ ਕੇ ਪਿਆਰੇ, ਸਰਬ ਵਿਆਪਕ ਵਾਹਿਗੁਰੂ ਦੇ ਪਿਆਰੇ ਸੰਤ ਜਨ ਜੋ ਹਨ, ਉਹ ਸਦਾ ਹੀ ਜਾਗਦੇ ਨੇ। ਸਰੀਰਕ ਰੂਪ ਵਿੱਚ ਆਪਾਂ ਤਾਂ ਕਦੇ ਆਰਾਮ ਕਰਨ ਵਾਸਤੇ ਸੌਂਦੇ ਹਾਂ, ਕਦੇ ਜਾਗਦੇ ਹਾਂ, ਪਰ ਅਧਿਆਤਮਿਕ ਰੂਪ ਵਿੱਚ ਜਿਹੜੇ ਗੁਰਮੁਖ ਪਿਆਰੇ ਹਨ, ਰਾਮ ਪਿਆਰੇ, ਉਹ ਸਦਾ ਸਦਾ ਵਾਸਤੇ ਹੀ ਜਾਗਦੇ ਹਨ। ਨਾਮ ਸਿਮਰਹਿ ਆਨ ਦਿਨੋ, ਆਨ ਦਿਨੋ, ਇੱਕ ਰਸ ਲਗਾਤਾਰ ਨਿਰੰਤਰ ਉਹ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਸਿਮਰਦੇ ਨੇ, ਨਾਮ ਜਪਦੇ ਨੇ, ਨਾਮ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਆਨ ਦਿਨੋ ਇੱਕ ਰਸ ਲਗਾਤਾਰ, ਜਿਸ ਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪਾਵਨ ਬਚਨ ਫੁਰਮਾਨ ਕਰਦੇ ਨੇ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਹੜੇ ਸਾਡੇ ਦਮ ਭਾਵ ਸਾਹ ਨੇ, ਆਉਂਦੇ ਜਾਂਦੇ ਸਾਹਾਂ ਨਾਲ ਸਦਾ ਹੀ ਵਾਹਿਗੁਰੂ ਨੂੰ ਸਿਮਰਦੇ ਹੈ, ਸਦਾ ਚੇਤੇ ਕਰਦੇ, ਸਦਾ ਯਾਦ ਕਰਦੇ ਹੈ, ਇੱਕ ਦਮ ਵੀ, ਇੱਕ ਸਵਾਸ ਵੀ ਉਹਨਾਂ ਦਾ ਵਾਹਿਗੁਰੂ ਕੇ ਨਾਮ ਸਿਮਰਨ ਤੋਂ ਬਿਨਾਂ ਖਾਲੀ ਨਹੀਂ ਜਾਂਦਾ। ਇਉਂ ਸਦਾ ਪਰਮਾਤਮਾ ਦੇ ਨਾਮ ਦਾ ਇੱਕ ਰਸ ਸਿਮਰਨ ਕਰਦੇ ਹਨ। ਚਰਨ ਕਮਲ ਧਿਆਨ ਹਿਰਦੈ, ਅਕਾਲ ਪੁਰਖ ਵਾਹਿਗੁਰੂ ਦੇ ਕਮਲਾਂ ਵਰਗੇ ਸੁੰਦਰ ਚਰਨ, ਕਿਹੜੇ ਚਰਨ? ਪਰਮਾਤਮਾ ਦਾ ਅਧਿਸ਼ਠਾਨ ਰੂਪੀ ਚਰਨ, ਆਸਰਾ ਰੂਪੀ ਚਰਨ। ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ,
ਨਾਮ ਰੂਪੀ ਆਸਰਾ ਰੂਪੀ ਸ਼ਬਦ ਰੂਪੀ ਚਰਣਾਂ ਦਾ ਧਿਆਨ ਸਦਾ ਹੀ ਉਹ ਗੁਰਮੁਖ ਜਨ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਆ, ਸਦਾ ਹੀ ਵਸਾਉਂਦੇ ਆ। ਪ੍ਰਭ ਬਿਸਰ ਨਾਹੀ ਇੱਕ ਖਿਨੋ। ਪ੍ਰਭ ਜੋ ਸਰਬ ਕਲਾ ਸਮਰੱਥ ਰੱਖਿਅਕ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਇੱਕ ਖਿਨ ਮਾਤਰ ਵੀ ਉਹਨਾਂ ਨੂੰ ਕਦੇ ਵਿਸਰਦਾ ਨਹੀਂ, ਕਦੇ ਭੁੱਲਦਾ ਨਹੀਂ। ਜੋ ਸਮੇਂ ਦੀ ਇਕਾਈ ਖਿਨ ਹੈ ਇਹ ਬਹੁਤ ਛੋਟੀ ਹੈ, ਪਲਕ ਝਪਕਣ ਨਾਲੋਂ ਵੀ ਛੋਟਾ ਸਮਾਂ ਹੈ ਖਿਨ ਮਾਤਰ ਦਾ। ਇਉਂ ਖਿਨ ਮਾਤਰ ਵੀ ਗੁਰਮੁਖਾਂ ਪਿਆਰਿਆਂ ਨੂੰ ਕਦੇ ਪ੍ਰਭੂ ਨਹੀਂ ਵਿਸਰਦਾ, ਕਦੇ ਉਹ ਰੱਬ ਨਹੀਂ ਭੁੱਲਦਾ। ਪਰਮ ਪਿਤਾ ਵਾਹਿਗੁਰੂ ਕੀ ਯਾਦ ਉਹਨਾਂ ਦੇ ਹਿਰਦੇ ਵਿੱਚੋਂ ਕਦਾ ਵਿਸਰਦੀ ਨਹੀਂ। ਤਜ ਮਾਨ ਮੋਹ ਬਿਕਾਰ ਮਨ ਕਾ। ਉਹਨਾਂ ਗੁਰਮੁਖਾਂ ਪਿਆਰਿਆਂ ਨੇ ਪਰਮਾਤਮਾ ਨਾਲੋਂ ਫਰਕ ਪਾਉਣ ਵਾਲੇ ਜਿੰਨੇ ਵੀ ਔਗਣ ਨੇ ਉਹ ਸਾਰੇ ਹੀ ਛੱਡ ਦਿੱਤੇ। ਤਾਜ ਮਾਨ, ਦੁਨੀਆਂ ਦੇ ਵਿੱਚ ਮਾਨ ਅਤੇ ਅਪਮਾਨ ਇਹ ਸਾਨੂੰ ਸਦਾ ਵਾਸਤੇ ਉਲਝਾਈ ਰੱਖਦੇ ਨੇ, ਸਾਡੇ ਸਤਿਕਾਰ ਵਿੱਚ, ਸਾਡੀ ਵਡਿਆਈ ਵਿੱਚ, ਸਾਡੇ ਮਾਣ ਵਿੱਚ। ਕੋਈ ਦੋ ਲਫ਼ਜ਼ ਕਹਿ ਦੇਵੇ, ਇੱਜ਼ਤ ਮਾਣ ਦੇਵੇ, ਸਾਡਾ ਮਨ ਪ੍ਰਸੰਨਤਾ ਦੇ ਨਾਲ ਫੁੱਲ ਜਾਂਦਾ ਹੈ ਅਤੇ ਕਦੇ ਹੰਕਾਰ ਬਿਰਤੀ ਵੀ ਮਨ ਵਿੱਚ ਆ ਜਾਂਦੀ ਹੈ। ਕੋਈ ਚੁਭਵਾਂ ਬਚਨ ਕਹਿ ਦੇਵੇ, ਕੋਈ ਨਿਰਾਦਰ ਕਰ ਦੇਵੇ, ਕੋਈ ਮਾਣ ਸਤਿਕਾਰ ਨਾ ਕਰੇ, ਅਪਮਾਨ ਕਰੇ, ਅਸੀਂ ਅੰਦਰੋਂ ਤਿਲ ਮਿਲਾ ਉੱਠਦੇ ਹਾਂ, ਦੁਖੀ ਹੋ ਜਾਂਦੇ ਹਾਂ, ਕ੍ਰੋਧਿਤ ਵੀ ਹੁੰਦੇ ਹਾਂ। ਇਉਂ ਮਾਨ ਅਤੇ ਅਪਮਾਨ ਇਹਨਾਂ ਵਿੱਚ ਲੱਗ ਕੇ ਕਦੇ ਖੁਸ਼ੀ ਅਤੇ ਕਦੇ ਦੁੱਖ, ਕਦੇ ਮੋਹ ਅਤੇ ਕਦੇ ਈਰਖਾ ਦੁਐਸ਼, ਇਹ ਔਗਣ ਉਤਪੰਨ ਹੁੰਦੇ ਨੇ। ਪਰ ਗੁਰਮੁਖ ਪਿਆਰੇ ਜਿਹੜੇ ਨੇ ਨਾ ਨਾਮ ਸਿਮਰਨ ਦੀ ਰੰਗੜ ਵਿੱਚ ਰੰਗੇ ਹੋਏ, ਉਹਨਾਂ ਨੇ ਇਹ ਮਾਨ ਅਪਮਾਨ ਵਾਲੀ ਬਿਰਤ ਜਿਹੜੀ ਹੈ ਇਹ ਛੱਡ ਦਿੱਤੀ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਹੜਾ ਇਹਨਾਂ ਚੀਜ਼ਾਂ ਵਿੱਚ ਫਸਿਆ ਰਿਹਾ ਉਹ ਵਾਹਿਗੁਰੂ ਦੇ ਦਰ ਦਾ ਸੇਵਕ ਨਾ ਬਣ ਸਕਿਆ। ਉਹਨਾਂ ਦੀ ਤਾਂ ਅਵਸਥਾ ਇਹ ਹੈ ਕਿ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਾਨੂੰ ਕੋਈ ਭਾਵੇਂ ਚੰਗਾ ਕਹੇ ਅਤੇ ਭਾਵੇਂ ਮਾੜਾ ਕਹੇ, ਆਪਾਂ ਤਾਂ ਆਪਣਾ ਅੰਤਸ਼ਕਰਨ, ਆਪਣਾ ਅੰਤਰੀਵ ਤਨ, ਜਿਹੜਾ ਮਨ ਹਿਰਦਾ ਹੈ, ਉਹ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਢਾਲ ਦਿੱਤਾ ਹੈ। ਪ੍ਰਤੱਖ ਸਰੀਰ ਨੂੰ ਭਾਉ ਭਗਤੀ ਅਤੇ ਸਤਸੰਗਤ ਦੇ ਰਸ ਵਿੱਚ ਢਾਲ ਲਿਆ। ਦੁਨੀਆਂ ਕੀ ਕਹਿੰਦੀ ਹੈ ਕੋਈ ਪਰਵਾਹ ਨਹੀਂ। ਇਉਂ ਦੁਨੀਆਂ ਦੇ ਵਿੱਚ ਮਾਨ ਅਪਮਾਨ, ਦੁਨੀਆਂ ਦੀ ਮਾਨਤਾ ਇਹ ਉਹਨਾਂ ਨੇ ਛੱਡ ਦਿੱਤੀ। ਮੋਹ ਜਿਹੜਾ ਦੁਨਿਆਵੀ ਵਸਤਾਂ ਦੀ ਪਕੜ ਹੈ, ਆਪਣੇ ਸਰੀਰ ਦੀ ਪਕੜ ਹੈ, ਦੁਨੀਆਦਾਰੀ ਦੇ ਨਾਲ ਲਗਾਵ ਹੈ, ਇਹ ਮੋਹ ਵੀ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਛੱਡ ਦਿੱਤਾ। ਵਿਕਾਰ ਮਨ ਕਾ, ਮਨ ਦਾ ਜੋ ਤਰ੍ਹਾਂ ਤਰ੍ਹਾਂ ਦਾ ਵਿਕਾਰਾਂ ਦਾ ਸਮੂਹ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਦਵੈਤ ਚੁਗਲੀ ਇਤਿਆਦਿਕ ਜਿੰਨੇ ਵੀ ਔਗਣ ਨੇ, ਇਹ ਸਾਰੇ ਵੀ ਗੁਰਮੁਖਾਂ ਪਿਆਰਿਆਂ ਆਪਣੇ ਹਿਰਦੇ ਵਿੱਚੋਂ ਛੱਡ ਦਿੱਤੇ। ਕਲ ਮਲਾ ਦੁੱਖ ਜਾਰੇ। ਕਲ ਮਲਾ, ਕਲ ਯੁਗ ਦੇ ਸਮੇਂ ਦੇ ਜੋ ਮੈਲ ਪੈਦਾ ਕਰਨ ਵਾਲੇ ਵਿਸ਼ੇ ਵਿਕਾਰ ਨੇ, ਜੋ ਕਲ ਮਲਾਟ ਪਾਉਂਦੇ ਨੇ ਮਨ ਦੇ ਅੰਦਰ, ਤਰ੍ਹਾਂ ਤਰ੍ਹਾਂ ਦੇ ਪਾਪ ਹਨ, ਉਹ ਪਾਪ ਵੀ ਸਾਰੇ ਸਾੜ ਦਿੱਤੇ, ਅਤੇ ਪਾਪਾਂ ਦੇ ਪ੍ਰਭਾਵ ਨਾਲ ਪੈਦਾ ਹੋਣ ਵਾਲੇ ਜਿਹੜੇ ਦੁੱਖ ਸੀ ਉਹ ਵੀ ਉਹਨਾਂ ਦੇ ਸੜ ਗਏ, ਨਾਸ ਹੋ ਗਏ, ਪਾਪ ਬਿਰਤੀ ਦਾ ਹੀ ਖਾਤਮਾ ਹੋ ਗਿਆ। ਬਿਨਵੰਤ ਨਾਨਕ ਸਦਾ ਜਗ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ, ਕਹਿੰਦੇ ਬੇਨਤੀ ਰੂਪ ਵਿੱਚ ਆਪਾਂ ਕਹਿੰਦੇ ਹਾਂ ਕਿ ਭਾਈ ਸਦਾ ਹੀ ਜਾਗਦੇ ਨੇ ਗੁਰਮੁਖ ਜਨ। ਹਰ ਦਾਸ ਸੰਤ ਪਿਆਰੇ। ਜੋ ਹਰੀ ਕੇ ਦਾਸ, ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਸਾਰਿਆਂ ਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਜੋ ਵਾਹਿਗੁਰੂ ਹੈ ਉਹਦੇ ਦਾਸ ਕੌਣ? ਸੰਤ ਪਿਆਰੇ, ਪਰਮਾਤਮਾ ਦੇ ਪਿਆਰੇ ਸੰਤ ਜਨ।
ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਜੋ ਪਿਆਰੇ ਸੰਤ ਗੁਰਮੁਖ ਜਨ ਹਨ, ਉਹ ਸਦਾ ਹੀ ਗਿਆਨ ਅਵਸਥਾ ਵਿੱਚ ਜਾਗਦੇ ਹਨ। ਮੇਰੀ ਸੇ ਜੜੀਐ ਆਡੰਬਰ ਬਣਿਆ। ਉਹ ਗੁਰਮੁਖ ਪਿਆਰੇ ਆਨੰਦ ਵਿਭੋਰ ਅਵਸਥਾ ਦੇ ਵਿੱਚ, ਆਨੰਦ ਵਿੱਚ ਮਸਤ ਹੋਏ ਹੋਏ ਆਪਣੀ ਆਨੰਦ ਅਵਸਥਾ ਦਾ ਵਰਣਨ ਕੁਝ ਥੋੜ੍ਹਾ ਜ਼ਿਕਰ ਇਉਂ ਕਰਦੇ ਨੇ ਕਿ ਮੇਰੀ ਸੇਜੜੀ ਹੈ ਆਡੰਬਰ ਬਣਿਆ, ਮੇਰੇ ਹਿਰਦੇ ਰੂਪੀ ਸੇਜ ਦੇ ਵਿੱਚ ਐਸੀ ਬਨਾਵਟ ਬਣ ਗਈ ਹੈ। ਆਡੰਬਰ ਦਾ ਭਾਵ ਬਨਾਵਟ, ਇਹੋ ਜਿਹੀ ਬਨਾਵਟ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਣ ਗਈ ਹੈ ਕਿ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ ਹੈ। ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਹ ਬਚਨ ਸੁਣਿਆ ਹੈ ਕਿ ਇਹ ਜਿਹੜਾ ਮਨੁੱਖਾ ਜੀਵਨ ਦਾ ਸਮਾਂ ਹੈ ਨਾ, ਇਹ ਮਨੁੱਖਾ ਜੂਨ ਹੈ, ਇਹ ਪਰਮਾਤਮਾ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋਣ ਦਾ ਅਵਸਰ ਹੈ, ਇਹ ਮੌਕਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੀਵ, ਇਹ ਮਨੁੱਖਾ ਦੇਹੀ ਜੋ ਤੈਨੂੰ ਪ੍ਰਾਪਤ ਹੋਈ ਹੈ ਨਾ, ਇਹ ਗੋਬਿੰਦ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਵਾਰੀ ਮਿਲੀ ਹੈ, ਸਮਾਂ ਮਿਲਿਆ, ਇਹ ਮਕਸਦ ਹੈ ਮਨੁੱਖਾ ਜੀਵਨ ਦਾ। ਜਿਹੜੇ ਹੋਰ ਜੀਵਨ ਨੇ ਉਹਨਾਂ ਵਿੱਚ ਇਹ ਜਿਹੜਾ ਅਵਸਰ ਹੈ, ਇਹ ਜਿਹੜਾ ਮੌਕਾ ਹੈ, ਇਹ ਨਾਮ ਮਾਤਰ ਹੈ। ਕਦੇ ਹੋ ਜਾਵੇ ਗੁਰੂ ਕੀ ਕਿਰਪਾ ਤਾਂ ਟੇਢੀਆਂ ਜੂਨਾਂ ਵਿੱਚ ਪਏ ਜੀਵਾਂ ਦਾ ਵੀ ਉਧਾਰ ਕਰ ਦੇਣ, ਨਹੀਂ ਤਾਂ ਉਹ ਬਾਕੀ ਜੂਨਾਂ ਵਾਲੇ ਜੀਵ ਆਪਣੇ ਤੌਰ 'ਤੇ ਕੋਈ ਉੱਦਮ ਕੋਈ ਉਪਰਾਲਾ ਨਹੀਂ ਕਰ ਸਕਦੇ। ਇਹ ਵਡਿਆਈ ਪਰਮਾਤਮਾ ਨੇ ਮਨੁੱਖਾ ਜੂਨ ਨੂੰ ਹੀ ਬਖਸ਼ਿਸ਼ ਕੀਤੀ ਹੈ ਕਿ ਆਤਮਾ ਦਾ ਪਰਮਾਤਮਾ ਨਾਲੋਂ ਪਿਆ ਹੋਇਆ ਵਿਛੋੜਾ ਦੂਰ ਕਰਨ ਲਈ, ਵਾਹਿਗੁਰੂ ਦੇ ਨਾਲ ਇੱਕਮਿੱਕ ਹੋਣ ਲਈ ਮਨੁੱਖ ਸਤ ਸੰਗਤ ਕਰ ਸਕਦਾ, ਗੁਰੂ ਕੇ ਬਚਨਾਂ ਦੀ ਪਾਲਣਾ ਕਰ ਸਕਦਾ, ਨਾਮ ਜਪ ਸਕਦਾ, ਬਾਣੀ ਪੜ੍ਹ ਸਕਦਾ, ਸਿਮਰਨ ਕਰ ਸਕਦਾ। ਇਹ ਵਡਿਆਈ ਮਨੁੱਖਾ ਜੀਵਨ ਦੀ ਹੈ। ਸੋ ਹਜ਼ੂਰ ਫਰਮਾਉਂਦੇ ਨੇ ਕਿ ਇਹ ਜਿਹੜਾ ਤੇਰਾ ਮਕਸਦ ਹੈ ਨਾ ਪਰਮਾਤਮਾ ਦੀ ਪ੍ਰਾਪਤੀ, ਇਸ ਦੀ ਪੂਰਤੀ ਵਾਸਤੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਦੁਨੀਆਂ ਦੇ ਹੋਰ ਤਰ੍ਹਾਂ ਤਰ੍ਹਾਂ ਦੇ ਦੁਨਿਆਵੀ ਕੰਮ ਕਾਜ ਜਾਂ ਨਾਮ ਸਿਮਰਨ ਤੋਂ ਵਿਹੂਣੇ ਤਰ੍ਹਾਂ ਤਰ੍ਹਾਂ ਦੇ ਸਾਧਨ ਕਰਮ ਕਾਂਡ, ਇਹ ਕਿਸੇ ਕੰਮ ਆਉਣ ਵਾਲੇ ਨਹੀਂ। ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਵਿੱਚ ਮਿਲ। ਸ਼ੁੱਧ ਸਰੂਪ ਜੋ ਵਾਹਿਗੁਰੂ ਹੈ ਉਹਦੇ ਨਾਮ ਦਾ ਭਜਨ ਕਰ, ਸਿਮਰਨ ਕਰ। ਸਿਮਰਨ ਦੇ ਸਦਕਾ, ਨਾਮ ਜਪਣ ਦੇ ਸਦਕਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੋ ਨਾਮੀ ਰੂਪ ਹੈ ਉਹ ਰੀਝਦਾ ਹੈ ਅਤੇ ਪ੍ਰਸੰਨ ਹੁੰਦਾ ਹੈ ਅਤੇ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਦਾ। ਪ੍ਰਭ ਆਵਤ ਸੁਣਿਆ, ਜਦੋਂ ਪ੍ਰਭੂ ਨੂੰ ਆਉਂਦਿਆਂ ਸੁਣਿਆ ਕਿ ਉਹ ਪਰਮਾਤਮਾ ਸਿਮਰਨ ਕਰਨ ਕਰਕੇ, ਬੰਦਗੀ ਕਰ ਕਰਕੇ ਹਿਰਦੇ ਰੂਪੀ ਸੇਜ ਵਿੱਚ ਆ ਜਾਂਦਾ ਹੈ, ਆਵੇਗਾ, ਸੰਦੇਸ਼ਾ ਮਿਲ ਗਿਆ ਕਿ ਉਹ ਪ੍ਰਕਾਸ਼ਮਾਨ ਹੋ ਰਿਹਾ। ਇਹ ਸੰਦੇਸ਼ਾ ਕੀ ਹੈ? ਸਿਮਰਨ ਵਿੱਚੋਂ, ਸੇਵਾ ਵਿੱਚੋਂ ਆਨੰਦ ਪ੍ਰਾਪਤ ਹੋਣਾ, ਇਹ ਮੰਨੋ ਕਿ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੀਆਂ ਨਿਸ਼ਾਨੀਆਂ ਨੇ। ਨਹੀਂ ਤਾਂ ਕਈ ਵਾਰ ਆਪਾਂ ਸੇਵਾ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਮਨ ਦਾ ਟਿਕਾਅ ਹੀ ਪ੍ਰਾਪਤ ਨਹੀਂ ਹੁੰਦਾ, ਪਰ ਲੱਗੇ ਰਹੀਏ ਤਾਂ ਕਦੇ ਗੁਰੂ ਕੀ ਕਿਰਪਾ ਹੋ ਜਾਂਦੀ ਹੈ। ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੈ ਪੁਕਾਰ, ਕਦੇ ਤਾਂ ਪੁਕਾਰ ਸੁਣ ਲਵੇਗਾ। ਜਦੋਂ ਮਨ ਵਿੱਚ ਟਿਕਾਓ ਆਉਣ ਲੱਗ ਪਵੇ, ਜਦੋਂ ਨਾਮ ਸਿਮਰਨ ਦਾ ਆਨੰਦ ਆਉਣ ਲੱਗ ਪਵੇ, ਜਦੋਂ ਸੇਵਾ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੋਣ ਲੱਗ ਪਵੇ, ਤਾਂ ਸਮਝ ਲਈਏ ਕਿ ਅਕਾਲ ਪੁਰਖ ਦੀ ਬਖਸ਼ਿਸ਼ ਹੋ ਰਹੀ ਹੈ, ਕਿਰਪਾ ਹੋ ਰਹੀ ਹੈ।
ਤੇ ਉਹ ਹੁਣ ਹਿਰਦੇ ਰੂਪੀ ਸੇਜ ਵਿੱਚ ਆ ਕੇ ਬਿਰਾਜਮਾਨ ਹੋਵੇਗਾ, ਹਿਰਦੇ ਰੂਪੀ ਆਕਾਸ਼ ਵਿੱਚ ਪ੍ਰਕਾਸ਼ਮਾਨ ਹੋਵੇਗਾ। ਇਉਂ ਪ੍ਰਭ ਆਵਤ ਸੁਣਿਆ, ਜਦੋਂ ਪ੍ਰਭੂ ਨੂੰ ਸੁਣਿਆ ਕਿ ਉਹ ਆ ਰਿਹਾ, ਉਹ ਆਪਣੇ ਦਰਸ਼ਨ ਬਖਸ਼ੇਗਾ, ਤਾਂ ਮਨ ਆਨੰਦ ਪਿਆ, ਮਨ ਅੰਦਰ ਆਨੰਦ ਹੀ ਆਨੰਦ ਉਤਪੰਨ ਹੋ ਗਿਆ, ਪੈਦਾ ਹੋ ਗਿਆ। ਸ੍ਰੀ ਆਨੰਦ ਸਾਹਿਬ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਇਹ ਪਾਵਨ ਸ਼ਬਦ ਨੇ ਨਾ ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ। ਆਗਮ ਆਗਮਨ ਆਉਣਾ, ਜਦੋਂ ਪ੍ਰਭੂ ਦਾ ਆਉਣਾ ਸੁਣਿਆ ਤਾਂ ਮਨ ਅੰਦਰ ਚਾਅ ਪੈਦਾ ਹੋ ਗਿਆ, ਖੁਸ਼ੀ ਪੈਦਾ ਹੋਈ, ਉਤਸ਼ਾਹ ਪੈਦਾ ਹੋਇਆ, ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ। ਇਹ ਸੋਹਣੀ ਬਨਾਵਟ ਮੇਰੇ ਹਿਰਦੇ ਰੂਪੀ ਸੇਜ ਉੱਪਰ ਉਸ ਵਾਹਿਗੁਰੂ ਦੀ ਆਪਣੀ ਕਿਰਪਾ ਦੇ ਨਾਲ ਹੀ ਬਣ ਗਈ ਹੈ। ਪ੍ਰਭ ਮਿਲੇ ਸੁਵਾਮੀ ਸੁਖ ਹੈ ਗਾਮੀ, ਆਣ ਮਿਲੇ ਉਹ ਪ੍ਰਭੂ ਜੀ, ਉਹ ਸਰਬ ਕਲਾ ਸਮਰੱਥ, ਉਹ ਰੱਖਿਅਕ ਸਰੂਪ ਵਾਹਿਗੁਰੂ, ਜੋ ਸੁਆਮੀ ਸਾਡੇ ਮਾਲਕ ਰੂਪ ਨੇ, ਪਤੀ ਰੂਪ, ਖਸਮ ਰੂਪ ਨੇ, ਉਹ ਆਣ ਮਿਲੇ ਜੋ ਕਿ ਸੁਖ ਹੈ ਗਾਮੀ, ਆਪ ਸਦਾ ਸੁਖਾਂ ਵਿੱਚ ਵਿਚਰਨ ਵਾਲੇ ਨੇ, ਸਦਾ ਸੁਖ ਸਰੂਪ ਵਿੱਚ ਨੇ ਅਤੇ ਸਾਡੀ ਸੁਖਾਂ ਤੱਕ ਗਮਤਾ ਕਰਾਉਣ ਵਾਲੇ ਨੇ। ਜਿਹੜਾ ਅਸਲੀ ਸੁਖ ਹੈ ਅਧਿਆਤਮਿਕ ਸੁਖ, ਉਹਦੇ ਤੱਕ ਸਾਡੀ ਗਮਤਾ, ਸਾਡੀ ਪਹੁੰਚ ਕਰਾਉਣ ਵਾਲੇ ਸੁਖ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਆਣ ਮਿਲੇ, ਆਪਣੀ ਕਿਰਪਾ ਕੀਤੀ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪੇਰ ਧਨ ਮਿਲ ਸੁਖ ਪਾਇਆ। ਉਹ ਸਦਾ ਨਵੀਨ ਰੰਗ ਵਿੱਚ ਰਹਿਣ ਵਾਲਾ, ਜੋ ਕਿ ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਬਾਲਕ ਰੂਪ ਹੈ ਨਾ ਬਿਰਧ ਰੂਪ ਹੈ, ਜੋ ਸਦਾ ਇੱਕ ਰਸ ਰਹਿਣ ਵਾਲਾ ਨਾਵ ਰੰਗ ਅਕਾਲ ਪੁਰਖ ਵਾਹਿਗੁਰੂ ਹੈ ਪਿਆਰਾ, ਉਹ ਹਿਰਦੇ ਦੀ ਸ਼ਰਧਾ ਰੂਪੀ ਸੇਜ ਉੱਪਰ ਆਪਣਾ ਮਿਲਾਪ ਰੂਪੀ ਆਨੰਦ ਬਖਸ਼ਿਸ਼ ਕਰਨ ਵਾਸਤੇ ਆ ਗਿਆ। ਪਿਰ ਜਿਹੜੀ ਜੀਵ ਆਤ, ਸੋ ਪਿਰ ਜੋ ਪਰਮਾਤਮਾ ਹੈ ਅਤੇ ਧਨ ਜੋ ਜੀਵ ਆਤਮਾ ਰੂਪ ਸਖੀ ਹੈ, ਇਹਨਾਂ ਦਾ ਮਿਲਾਪ ਹੋ ਗਿਆ ਅਤੇ ਇਉਂ ਮਿਲਾਪ ਦਾ ਅਧਿਆਤਮਿਕ ਸੁੱਖ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ। ਸੋ ਇਸ ਪ੍ਰਕਾਰ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ, ਸਾਰੇ ਸੁਖਾਂ ਤੱਕ ਗਮਤਾ ਕਰਾਉਣ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਣ ਮਿਲਿਆ ਹੈ ਆਪਣੀ ਕਿਰਪਾ ਕਰਕੇ। ਚਾਵ ਮੰਗਲ ਰਸ ਭਰੇ, ਪਰਮਾਤਮਾ ਦੇ ਆਉਣ ਦਾ ਜਿਹੜਾ ਚਾਅ ਹੈ ਉਹ ਹਿਰਦੇ ਅੰਦਰ ਉਛਾਲੇ ਮਾਰਦਾ, ਉਸ ਚਾਅ ਵਿੱਚ ਮੰਗਲ ਉਤਸ਼ਾਹ ਜਾਗਿਆ ਹੈ ਮਨ ਅੰਦਰ ਹੋਰ ਵੀ, ਤੇ ਰਸ ਦੇ ਨਾਲ ਉਹ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਰਸ ਹੈ, ਅਕਹਿ ਰਸ, ਜਿਹੜਾ ਕਿ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਰਸ ਦੇ ਨਾਲ ਗੁਰਮੁਖ ਪਿਆਰੇ ਐਨ ਅੰਦਰੋਂ ਲਬਾ ਲਬ ਭਰ ਗਏ। ਅੰਗ ਸੰਗ ਲਾਗੇ ਦੁੱਖ ਭਾਗੇ, ਅੰਗ ਸੰਗ ਲਾਗੇ, ਪਰਮਾਤਮਾ ਦੇ ਅਭੇਦ ਨਿਸ਼ਚੇ ਰੂਪੀ ਅੰਗਾਂ ਦੇ ਨਾਲ ਜਦੋਂ ਲੱਗ ਗਏ, ਵਾਹਿਗੁਰੂ ਨੇ ਆਪਣੀ ਪਿਆਰ ਭਰੀ ਗਲਵੱਕੜੀ ਵਿੱਚ ਜਦੋਂ ਲੈ ਲਿਆ, ਜਦੋਂ ਆਪਣੇ ਮਿਲਾਪ ਦਾ ਆਨੰਦ ਬਖਸ਼ਿਸ਼ ਕਰ ਦਿੱਤਾ, ਤਾਂ ਦੁੱਖ ਭਾਗੇ, ਸਾਰੇ ਦੁੱਖ ਜਿਹੜੇ ਸੀ ਉਹ ਭੱਜ ਗਏ। ਜਨਮ ਮਰਨ ਦਾ ਦੁੱਖ, ਰੋਗਾਂ ਦੇ ਦੁੱਖ, ਨਰਕਾਂ ਵਿੱਚ ਪੈਣ ਦੇ ਦੁੱਖ, ਅਨੇਕਾਂ ਜੂਨਾਂ ਵਿੱਚ ਪੈਣ ਦੇ ਦੁੱਖ, ਜੀਵਨ ਦੇ ਸਰੀਰਕ ਰੂਪ ਵਿੱਚ ਪ੍ਰਾਪਤ ਹੋਣ ਵਾਲੇ ਅਨੇਕਾਂ ਦੁੱਖ ਸਾਰੇ ਦੇ ਸਾਰੇ ਭੱਜ ਗਏ, ਖਤਮ ਹੋ ਗਏ। ਪ੍ਰਾਣ ਮਨ ਤਨ ਸਭ ਹਰੇ, ਪ੍ਰਾਣ ਇਹ ਸਾਡੇ ਸਵਾਸ, ਔਰ ਇਸੇ ਪ੍ਰਕਾਰ ਸਰੀਰ ਅੰਦਰ ਵਸਦੀ ਪੰਜ ਪ੍ਰਕਾਰ ਦੀ ਪੌਣ ਅਤੇ ਪੰਜ ਪ੍ਰਕਾਰ ਦੀ ਉਪ ਪੌਣ, ਸੋ ਇਹ ਸਾਰੇ ਜਿਹੜੇ ਸੀ ਹਰੇ ਪਰੇ ਹਰਿਆਵਲਤਾ ਦੇ ਸਹਿਤ ਹੋ ਗਏ। ਮਨ ਤਨ, ਮਨ ਵੀ ਹਰਿਆਵਲਤਾ ਵਿੱਚ ਆ ਗਿਆ, ਭਾਵ ਪ੍ਰਸੰਨਤਾ ਖੇੜੇ ਵਿੱਚ ਆ ਗਿਆ, ਤਨ ਸਰੀਰ ਵੀ ਜਿਹੜਾ ਸੀ ਇਹ ਖੇੜੇ ਵਿੱਚ ਆ ਗਿਆ।
ਆਪਾਂ ਕਦੇ ਮਹਿਸੂਸ ਕੀਤਾ ਹੋਵੇ, ਜਦੋਂ ਸਾਡਾ ਮਨ ਕਿਸੇ ਕਾਰਨ ਕਰਕੇ ਬਹੁਤ ਜ਼ਿਆਦਾ ਪ੍ਰਸੰਨਤਾ ਵਿੱਚ, ਖੁਸ਼ੀ ਵਿੱਚ ਹੋਵੇ, ਤਾਂ ਉਸ ਖੁਸ਼ੀ ਵਿੱਚ ਸਾਡੇ ਸਰੀਰ ਦੇ ਅੰਗਾਂ ਵਿੱਚ ਵੀ ਝਰਨਾਹਟ ਛਿੜ ਜਾਂਦੀ ਹੈ, ਸਰੀਰ ਦੇ ਰੋਮ ਵੀ ਉਸ ਅੰਨਾਂ ਦੇ ਵਿੱਚ ਖੜ੍ਹੇ ਹੋ ਜਾਂਦੇ ਨੇ। ਇਉਂ ਜਦੋਂ ਅਕਾਲ ਪੁਰਖ ਵਾਹਿਗੁਰੂ ਕਾ ਮਿਲਾਪ ਹਾਸਲ ਹੋ ਗਿਆ, ਮਨ ਅਤੇ ਤਨ ਇਹ ਦੋਵੇਂ ਹਰੇ ਭਰੇ ਹੋ ਗਏ। ਸਾਵਣ ਦਾ ਮਹੀਨਾ ਚੱਲ ਰਿਹਾ, ਪੰਜਵੇਂ ਪਾਤਸ਼ਾਹ ਜੀ ਕੇ ਪਰਮ ਪਵਿੱਤਰ ਉਪਦੇਸ਼ ਜੋ 12 ਮਾਹ ਦੇ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ, ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾਵਿਆ ਦਿਸਨ ਸੱਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਮਨ ਵੀ ਰੰਗਿਆ ਗਿਆ ਪਰਮਾਤਮਾ ਦੇ ਨਾਮ ਸਿਮਰਨ ਦੀ ਰੰਗਣ ਵਿੱਚ, ਉਹ ਵੀ ਆਨੰਦ ਵਿੱਚ ਆ ਗਿਆ, ਅਤੇ ਸਰੀਰ ਵੀ ਆਨੰਦ ਸਹਿਤ ਹੋ ਗਿਆ। ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ, ਸਭ ਦਿਨ ਸਰੈਣ ਗੁਣ ਉਚਰੈ ਹਰ 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 ਉਰ ਲਿਵਲਾਗ, ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ। ਇਉਂ ਖੇੜਾ ਹੀ ਖੇੜਾ, ਪ੍ਰਾਣ ਵੀ ਖੇੜੇ ਵਿੱਚ, ਮਨ ਵੀ ਖੇੜੇ ਵਿੱਚ, ਤਨ ਵੀ ਖੇੜੇ ਵਿੱਚ, ਇਉਂ ਅਕਹਿ ਆਨੰਦ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ। ਮਨ ਇੱਛ ਪਾਈ ਪ੍ਰਭ ਧਿਆਈ, ਜਦੋਂ ਪ੍ਰਭੂ ਪਰਮਾਤਮਾ ਨੂੰ ਧਿਆਇਆ ਹੈ ਇੱਕ ਮਨ ਇਕਾਗਰ ਚਿੱਤ ਹੋ ਕੇ, ਤਾਂ ਮਨ ਇੱਛ ਪਾਈ, ਜਿਹੜੀ ਮਨ ਦੀ ਇੱਛਾ ਸੀ ਉਹ ਪਾ ਲਈ। ਕੀ ਇੱਛਾ ਸੀ ਮਨ ਦੀ? ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਦੀ। ਹੇ ਵਾਹਿਗੁਰੂ, ਤੇਰੇ ਦਰਸ਼ਨ ਹੋ ਜਾਣ, ਤੇਰੇ ਮਿਲਾਪ ਦਾ ਆਨੰਦ ਮੈਨੂੰ ਪ੍ਰਾਪਤ ਹੋ ਜਾਵੇ। ਇਉਂ ਪਰਮਾਤਮਾ ਨੂੰ ਧਿਆ ਕੇ ਭਾਈ ਉਹ ਮਨ ਦੀ ਜਿਹੜੀ ਇੱਛਾ ਸੀ ਉਹ ਪਾ ਲਈ, ਸੰਪੂਰਨ ਕਰ ਲਈ। ਸੰਯੋਗ ਸਾਹ ਸੁਭ ਗਣਿਆ, ਸੰਗ ਭਲੀ ਪ੍ਰਕਾਰ ਯੋਗ ਮਿਲਾਪ ਹੋ ਗਿਆ ਨਾ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਸਾਹ ਸੁਭ ਗਣਿਆ, ਇਹੀ ਸ਼ੁਭ ਸਾਹ ਜਿਹੜਾ ਹੈ ਇਹ ਵਿਚਾਰਿਆ ਗਿਆ ਹੈ। ਜਿਵੇਂ ਸਾਧ ਸੰਗਤ ਜੀ, ਕੋਈ ਮੁੰਦ ਹੈ, ਅਗਿਆਤ ਜੋਬਨ ਵਾਲੀ ਬਾਲੜੀ ਹੈ, ਸਿੱਧੇ ਲਫਜ਼ਾਂ ਵਿੱਚ ਕਹਿ ਲਈਏ ਇੱਕ ਨੌਜਵਾਨ ਬੀਬੀ ਹੈ, ਵਿਆਹ ਦਾ ਦਿਨ ਮਿੱਥਿਆ ਗਿਆ, ਉਹਦਾ ਸਾਹਾ ਜਿਹੜਾ ਸੀ ਉਹ ਸੋਧਿਆ ਗਿਆ। ਜਿਹੜਾ ਦਿਨ ਅਤੇ ਜਿਹੜਾ ਸਮਾਂ ਮੁਕਰਰ ਕੀਤਾ ਉਹਨੂੰ ਆਪਾਂ ਸਾਹਾ ਸੋਧਣਾ ਕਹਿੰਦੇ ਹਾਂ ਨਾ। ਅਤੇ ਹੁਣ ਆਸ ਬਣ ਜਾਂਦੀ ਹੈ ਕਿ ਇਸ ਦਿਨ ਇਸ ਘੜੀ ਉਹ ਪਤੀ ਜਿਸ ਦੀਆਂ ਗੱਲਾਂ ਸੁਣੀਆਂ ਸਨ, ਜਿਸ ਦੇ ਬਾਰੇ ਇਉਂ ਬਚਨ ਸੁਣੇ ਸੀ, ਉਹਦੇ ਨਾਲ ਹੁਣ ਸਦੀਵੀ ਮਿਲਾਪ ਹੋ ਜਾਵੇਗਾ। ਇਸੇ ਤਰ੍ਹਾਂ ਜੀਵ ਆਤਮਾ ਰੂਪ ਇਸਤਰੀ ਜਿਹੜੀ ਹੈ ਨਾ, ਪਰਮਾਤਮਾ ਦੇ ਨਾਲ ਮਿਲਾਪ ਦਾ ਇਹ ਸਾਹਾ ਜਿਹੜਾ ਹੈ ਸ਼ੁਭ, ਇਹ ਗਣਿਆ ਗਿਆ, ਵਿਚਾਰਿਆ ਗਿਆ। ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਇਹ ਸੁਭਾਗ ਮੌਕਾ ਬਖਸ਼ਿਸ਼ ਕੀਤਾ ਹੈ ਕਿ ਆਪਣੇ ਮਿਲਾਪ ਦਾ ਆਨੰਦ ਬਖਸ਼ਿਆ ਹੈ। ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਸ੍ਰੀ ਧਰ, ਸ੍ਰੀ ਲਕਸ਼ਮੀ ਨੂੰ ਧਾਰਨ ਕਰਨ ਵਾਲਾ, ਭਾਵ ਕੁੱਲ ਸੰਸਾਰ ਦਾ, ਕੁੱਲ ਮਾਇਆ ਦਾ ਉਪਾਦਾਨ ਕਾਰਨ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਮਿਲ ਪਿਆ। ਸ੍ਰੀ ਜੋ ਸਰਬ ਸ਼੍ਰੋਮਣੀ ਹੈ, ਧਰ ਜੋ ਸਾਰਿਆਂ ਦਾ ਆਸਰਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ। ਸਗਲ ਆਨੰਦ ਰਸ ਬਣਿਆ, ਜਿਸ ਕਰਕੇ ਸਾਰੀ ਆਨੰਦ ਲੋਕ ਪ੍ਰਲੋਕ ਦੇ ਪ੍ਰਾਪਤ ਹੋ ਗਏ, ਤੇ ਆਨੰਦ ਹੀ ਆਨੰਦ ਬਣ ਆਇਆ ਜੀਵਨ ਵਿੱਚ, ਆਨੰਦ ਦਾ ਰਸ ਬਣ ਗਿਆ ਹੈ। ਮਿਲ ਸਖੀਆ ਪੁੱਛੇ ਹੈ ਕਹੋ ਕੰਤ ਨਿਸ਼ਾਨੀ, ਜਦੋਂ ਕੋਈ ਬੀਬੀ ਸਾਧ ਸੰਗਤ ਜੀ ਵਿਆਹੀ ਜਾਂਦੀ ਹੈ, ਤੇ ਜਦੋਂ ਫਿਰ ਉਹ ਪੇਕੇ ਘਰ ਫੇਰਾ ਮਾਰਦੀ ਹੈ, ਤਾਂ ਉਸ ਵਕਤ ਮਿਲ ਸਖੀਆਂ ਪੁੱਛ ਹੈ
ਕਹੋ ਕੰਤ ਨਿਸਾਣੀ। ਜਿਹੜੀਆਂ ਬਾਕੀ ਸਖੀਆਂ ਸਹੇਲੀਆਂ ਅਜੇ ਹੁੰਦੀਆਂ ਨੇ, ਜਿਹੜੀਆਂ ਅਜੇ ਵਿਆਹੀਆਂ ਨਹੀਂ, ਅਜੇ ਕੁਆਰ ਪੁਣੇ ਵਿੱਚ ਨੇ, ਉਹ ਮਿਲ ਕੇ ਪੁੱਛਦੀਆਂ ਕਿ ਆਪਣੇ ਕੰਤ ਆਪਣੇ ਪਤੀ ਦੀ ਨਿਸ਼ਾਨੀ ਦੱਸ। ਕੈਸਾ ਸੁਭਾਅ ਹੈ, ਮਿਲਾਪ ਦਾ ਕੈਸਾ ਆਨੰਦ ਹੈ। ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਪਰ ਉਹ ਜਿਹੜੀ ਸੁਹਾਗਣ ਬੀਬੀ ਹੈ, ਪ੍ਰੇਮ ਦੇ ਰਸ ਵਿੱਚ ਭਰੀ ਹੋਈ, ਕੁਛ ਬੋਲਣਾ ਨਹੀਂ ਜਾਣਦੀ। ਰਸ ਹੈ ਹਿਰਦੇ ਵਿੱਚ, ਪ੍ਰੇਮ ਹੈ, ਆਨੰਦ ਹੈ, ਪਰ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਮਹਾਤਮਾ ਰੂਪੀ ਸਖੀਆਂ ਜਿਹੜੀਆਂ ਅਕਾਲ ਪੁਰਖ ਨੂੰ ਪ੍ਰਣਾਈਆਂ ਗਈਆਂ, ਜਿਨ੍ਹਾਂ ਨੂੰ ਵਾਹਿਗੁਰੂ ਕੀ ਪ੍ਰਾਪਤੀ ਹੋ ਗਈ, ਉਹ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਜਗਿਆਸੂ ਰੂਪ ਇਸਤਰੀਆਂ, ਆਮ ਜੋ ਇਹ ਜਗਿਆਸੂ ਸਖੀਆਂ ਨੇ, ਸਤਸੰਗੀ ਜਨ ਨੇ, ਉਹ ਪੁੱਛਦੇ ਨੇ ਗੁਰਮੁਖਾਂ ਪਿਆਰਿਆਂ ਕੋਲੋਂ ਕਿ ਹੇ ਗੁਰਮੁਖ ਪਿਆਰੇ ਜੀ, ਮਹਾਤਮਾ ਜੀ, ਆਪ ਜੀ ਨੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਿਆ, ਉਹ ਆਨੰਦ ਕੈਸਾ ਹੈ, ਉਹ ਪਰਮਾਤਮਾ ਦਾ ਸਰੂਪ ਕੈਸਾ ਹੈ? ਕੁਝ ਨਿਸ਼ਾਨੀ, ਕੁਝ ਲੱਛਣ, ਕੁਝ ਚਿੰਨ, ਕੁਝ ਵਰਣਨ ਉਸ ਪਰਮਾਤਮਾ ਦੇ ਮਿਲਾਪ ਦੇ ਆਨੰਦ ਬਾਰੇ ਸਾਨੂੰ ਵੀ ਦੱਸੋ। ਤਾਂ ਰਸ ਪ੍ਰੇਮ ਭਰੀ ਜੋ ਮਹਾਤਮਾ ਰੂਪੀ ਸਖੀ ਹੈ ਨਾ, ਉਹ ਪਰਮਾਤਮਾ ਦੇ ਪ੍ਰੇਮ ਦੇ ਰਸ ਵਿੱਚ ਭਰੀ ਹੋਈ, ਕਛ ਬੋਲ ਨਾ ਜਾਣੀ, ਕੁਛ ਬੋਲਣਾ ਨਹੀਂ ਜਾਣਦੀ। ਉਹ ਕਹਿ ਦਿੰਦੇ ਨੇ ਕਿ ਗੁਰਮੁਖ ਪਿਆਰਿਓ, ਇਹ ਬੋਲ ਕੇ ਜਿਹੜਾ ਆਨੰਦ ਹੈ, ਇਹ ਦੱਸਿਆ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਗੂੰਗੇ ਮਨੁੱਖ ਨੇ ਗੁੜ ਛਕਿਆ, ਉਹਨੂੰ ਹੁਣ ਕੋਈ ਪੁੱਛੇ ਕਿ ਤੈਨੂੰ ਕਿਹੋ ਜਿਹਾ ਸਵਾਦ ਆਇਆ, ਕੈਸਾ ਰਸ ਆਇਆ, ਤਾਂ ਉਹ ਕੁਝ ਬੋਲ ਕੇ ਦੱਸ ਨਹੀਂ ਸਕਦਾ। ਚਲੀ ਪੂਤਰੀ ਲੋਨ ਕੀ ਥਾਹ ਸਿੰਧ ਕੀ ਲੈਣ, ਅਨਾਥ ਆਪ ਆਪੇ ਭਈ ਪਲਟ ਕਹੇ ਕੋ ਬੈਣ। ਕਹਿੰਦੇ ਲੂਣ ਦੀ ਇੱਕ ਡਲੀ ਸਮੁੰਦਰ ਦਾ ਅੰਤ ਲੈਣ ਵਾਸਤੇ ਚੱਲ ਪਈ, ਸਮੁੰਦਰ ਵਿੱਚ ਜਾ ਪ੍ਰਵੇਸ਼ ਹੋਈ, ਪਰ ਜਦੋਂ ਸਮੁੰਦਰ ਦੇ ਜਲ ਵਿੱਚ ਮਿਲੀ ਤਾਂ ਜਲ ਵਿੱਚ ਖੁਰ ਕੇ ਜਲ ਦਾ ਰੂਪ ਹੀ ਹੋ ਗਈ। ਹੁਣ ਪਲਟ ਕੇ ਵਾਪਸ ਪਰਤ ਕੇ ਕੌਣ ਬਚਨ ਦੱਸੇ ਕਿ ਸਮੁੰਦਰ ਕੈਸਾ ਹੈ? ਗੁਰਮੁਖਾਂ ਪਿਆਰਿਆਂ ਮਹਾਤਮਾ ਜਨਾਂ ਦੀ ਅਧਿਆਤਮਿਕ ਬਿਰਤੀ ਰੂਪੀ ਡਲੀ ਪਰਮਾਤਮਾ ਅਕਾਲ ਪੁਰਖ ਦੇ ਮਿਲਾਪ ਦੇ ਆਨੰਦ ਦੇ ਭੇਦ ਨੂੰ ਜਾਣਨ ਲਈ ਜਦੋਂ ਚੱਲੀ, ਮਿਲ ਕੇ ਪਰਮਾਤਮਾ ਵਿੱਚ ਉਸ ਪਰਮਾਤਮਾ ਦਾ ਰੂਪ ਹੀ ਹੋ ਗਈ। ਹੁਣ ਦੱਸੇ ਕੌਣ ਕਿ ਮਿਲਾਪ ਦਾ ਆਨੰਦ ਕੈਸਾ ਹੈ? ਇਹ ਵਰਣਨ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਹਜ਼ੂਰ ਫਰਮਾਉਂਦੇ ਕਿ ਇਹ ਹਰ ਰਸ ਸੇਈ ਜਾਣਦੇ, ਜਿਉਂ ਗੂੰਗੈ ਮਿਠਿਆਈ ਖਾਈ। ਗੁਣ ਗੂੜ ਗੁਪਤ ਅਪਾਰ ਕਰਤੇ। ਗੁਣ ਗੂੜ, ਪਰਮਾਤਮਾ ਦੇ ਜਿਹੜੇ ਗੁਣ ਨੇ, ਜੋ ਪਰਮਾਤਮਾ ਦੀ ਗੁਣ ਵਿਚਾਰ ਹੈ ਨਾ, ਇਹ ਬੜੀ ਗੂੜੀ ਹੈ। ਉਹ ਪਰਮਾਤਮਾ ਜੋ ਗੁਪਤ ਰੂਪ ਵਿੱਚ ਸਾਰੇ ਸੰਸਾਰ ਵਿੱਚ ਵਰਤਦਾ, ਉਹਦੇ ਮਿਲਾਪ ਦੇ ਆਨੰਦ ਵੀ ਐਸਾ ਹੀ ਗੁਪਤ ਹੈ ਕਿ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਜੋ ਵਾਹਿਗੁਰੂ ਪਾਰਾਵਾਰ ਤੋਂ ਰਹਿਤ ਹੈ ਅਤੇ ਸ੍ਰਿਸ਼ਟੀ ਦਾ ਕਰਤਾ ਹੈ, ਉਹਦੀ ਜਿਹੜੀ ਗੁਣ ਭਾਵ ਵਿਚਾਰ ਹੈ, ਬੜੀ ਗੂੜ ਹੈ ਗੁਰਮੁਖ ਪਿਆਰਿਓ। ਨਿਗਮ ਅੰਤ ਨਾ ਪਾਵਹਿ, ਉਸ ਵਿਚਾਰ ਦਾ ਅੰਤ ਤਾਂ ਵੇਦ ਇਤਿਆਦਿਕ ਜਿਹੜੇ ਗ੍ਰੰਥ ਨੇ ਉਹ ਵੀ ਨਹੀਂ ਪਾ ਸਕਦੇ। ਭਗਤ ਭਾਏ ਧਿਆਏ ਸੁਵਾਮੀ। ਭਗਤ ਭਾਏ, ਪ੍ਰੇਮਾ ਭਗਤੀ ਦੇ ਸਹਿਤ ਜੋ ਗੁਰਮੁਖ ਪਿਆਰੇ ਉਸ ਸਵਾਮੀ ਅਕਾਲ ਪੁਰਖ ਮਾਲਕ ਨੂੰ ਧਿਆਉਂਦੇ ਹਨ, ਸਦਾ ਹਰ ਗੁਣ ਗਾਵਹੇ, ਉਹ ਸਦਾ ਸਦਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਵਹੇ ਗਾਉਂਦੇ ਹੈ, ਗਾਵਹੇ ਵਿਚਾਰ ਕਰਦੇ ਨੇ ਪਰਮਾਤਮਾ ਦੇ ਗੁਣਾਂ ਦੀ, ਸਦਾ ਸਿਮਰਨ ਕਰਦੇ ਨੇ। ਸਗਲ ਗੁਣ ਸੁਗਿਆਨ ਪੂਰਨ, ਉਹ ਗੁਰਮੁਖ ਰੂਪੀ ਜਿਹੜੀ ਸਖੀ ਸਦਾ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ ਨਾ,
ਮਹਾਰਾਜ ਫੁਰਮਾਨ ਕਰਦੇ ਸਗਲ ਗੁਣ ਸੋ ਗਿਆਨ ਪੂਰਨ, ਉਹ ਸਾਰੇ ਗੁਣਾਂ ਕਰਕੇ ਵੀ ਭਰਪੂਰ ਹੋ ਜਾਂਦੀ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੈਤਰੀ ਮੁਦਤਾ ਉਪੇਖਿਆ ਅਣਗਿਣਤ ਗੁਣ, ਇਹਨਾਂ ਗੁਣਾਂ ਦੇ ਵਿੱਚ ਵੀ ਸੰਪੂਰਨ ਹੋ ਜਾਂਦੀ ਹੈ। ਸੋ ਗਿਆਨ ਪੂਰਨ, ਸ੍ਰੇਸ਼ਟ ਗਿਆਨ ਜਿਹੜਾ ਅਧਿਆਤਮਿਕ ਗਿਆਨ ਹੈ, ਇਹਦੇ ਵਿੱਚ ਵੀ ਉਹ ਗੁਰਮੁਖ ਸਖੀ ਜਿਹੜੀ ਹੈ ਸੰਪੂਰਨ ਹੋ ਜਾਂਦੀ ਹੈ। ਆਪਣੇ ਪ੍ਰਭ ਭਾਣੀ, ਆਪਣੇ ਪ੍ਰਭੂ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਭਾਣੀ ਭਾ ਗਈ, ਚੰਗੀ ਲੱਗਣ ਲੱਗ ਪਈ, ਵਾਹਿਗੁਰੂ ਨੂੰ ਪਸੰਦ ਆ ਗਈ, ਪ੍ਰਮਾਤਮਾ ਨੇ ਆਪਣੇ ਨਾਲ ਮਿਲਾ ਲਈ ਉਹ ਜੀਵ ਰੂਪ ਸਖੀ। ਬਿਨਵੰਤ ਨਾਨਕ ਰੰਗ ਰਾਤੀ, ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਜਿਹੜੀ ਜੀਵ ਰੂਪ ਸਖੀ ਪਰਮਾਤਮਾ ਦੇ ਰੰਗ ਪ੍ਰੇਮ ਦੀ ਰੰਗਣ ਵਿੱਚ ਰੰਗੀ ਗਈ, ਪਰਮਾਤਮਾ ਦੇ ਨਾਮ ਸਿਮਰਨ ਦੇ ਆਨੰਦ ਵਿੱਚ ਜਿਹੜੀ ਇੱਕ ਮਿੱਕ ਹੋ ਗਈ, ਪ੍ਰੇਮ ਸਹਿਜ ਸਮਾਨੀ, ਉਹ ਆਪਣੇ ਸੱਚੇ ਸੁੱਚੇ ਪ੍ਰੇਮ ਦੇ ਸਦਕਾ ਸਹਿਜੇ ਹੀ ਉਸ ਵਾਹਿਗੁਰੂ ਵਿੱਚ ਸਮਾ ਗਈ। ਸਹਿਜ ਗਿਆਨ ਅਵਸਥਾ ਵਿੱਚ ਪਹੁੰਚ ਕੇ, ਸਹਿਜ ਆਤਮਿਕ ਅਡੋਲਤਾ ਵਿੱਚ ਪਹੁੰਚ ਕੇ ਸਮਾ ਗਈ, ਇੱਕ ਮਿੱਕ ਹੋ ਗਈ ਵਾਹਿਗੁਰੂ ਦੇ ਨਾਲ। ਸੁਖ ਸੋਹੇ ਲੜੇ ਹਰ ਗਾਵਨ ਲਾਗੇ, ਗੁਰਮੁਖ ਪਿਆਰੇ ਜਿਹੜੇ ਨੇ ਸੁਖ ਸੋਹੇ ਲੜੇ ਹਰ ਗਾਵਨ ਲਾਗੇ, ਹਰੀ ਅਕਾਲ ਪੁਰਖ ਵਾਹਿਗੁਰੂ ਕੇ ਜੋ ਗੁਣ ਨੇ, ਸੋਹੇ ਲੜੇ ਪਰਮਾਤਮਾ ਦੀ ਸਿਫਤ ਸਲਾਹ ਦੇ ਬਚਨ। ਸੋਹਿਲਾ ਦਾ ਅਰਥ ਆਨੰਦ ਵੀ ਹੈ, ਸੋਹਿਲਾ ਦਾ ਅਰਥ ਸਿਫਤ ਸਲਾਹ ਵੀ ਹੈ। ਜਿਸ ਸਿਫਤ ਸਲਾਹ ਵਿੱਚੋਂ ਸਦਾ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ, ਗੁਰਮੁਖ ਪਿਆਰੇ ਉਹ ਪਰਮਾਤਮਾ ਦੀ ਸਿਫਤ ਸਲਾਹ ਗਾਉਣ ਦੇ ਵਿੱਚ, ਆਨੰਦਮਈ ਨਾਮ ਸਿਮਰਨ ਦੇ ਗੁਣ ਗਾਉਣ ਦੇ ਵਿੱਚ ਸਦਾ ਹੀ ਲੱਗੇ ਨੇ। ਸਾਜਨ ਸਰਸਿਆੜੇ ਦੁੱਖ ਦੁਸ਼ਮਨ ਭਾਗੇ, ਜਿਸ ਕਰਕੇ ਸਾਜਨ ਸਰਸਿਆੜੇ, ਗੁਰਮੁਖਾਂ ਦੇ ਜਿਹੜੇ ਸੱਜਣ ਨੇ ਉਹ ਰਸ ਦੇ ਸਹਿਤ ਆਨੰਦ ਦੇ ਸਹਿਤ ਹੋ ਗਏ, ਪ੍ਰਫੁੱਲਤ ਹੋ ਗਏ। ਜਿੰਨੇ ਵੀ ਸ਼ੁਭ ਗੁਣ ਨੇ ਇਹ ਗੁਰਮੁਖਾਂ ਪਿਆਰਿਆਂ ਦੇ ਸੱਜਣ ਨੇ, ਇਹ ਮਿੱਤਰ ਨੇ, ਇਹ ਆਨੰਦ ਸਹਿਤ ਹੋ ਗਏ, ਪ੍ਰਫੁੱਲਤ ਹੋ ਗਏ। ਦੁੱਖ ਦੁਸ਼ਮਣ ਭਾਗੇ, ਜਿਹੜੇ ਦੁੱਖਾਂ ਰੂਪੀ ਦੁਸ਼ਮਣ ਨੇ ਅਥਵਾ ਦੁੱਖਦਾਇਕ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਦੁੱਖਦਾਇਕ ਦੁਸ਼ਮਣ, ਇਹ ਸਾਰੇ ਭੱਜ ਗਏ। ਸੁਖ ਸਹਿਜ ਸਰਸੇ ਹਰ ਨਾਮ ਰਹਸੇ, ਸਹਿਜੇ ਹੀ ਗੁਰਮੁਖ ਪਿਆਰੇ ਅਧਿਆਤਮਿਕ ਅਵਸਥਾ ਦੇ ਸੁਖ ਵਿੱਚ ਰਸ ਸਹਿਤ ਆਨੰਦ ਸਹਿਤ ਹੋ ਗਏ, ਵਾਹਿਗੁਰੂ ਕਾ ਨਾਮ ਜਪਣ ਕਰਕੇ ਰਹਸੇ ਆਨੰਦਿਤ ਹੋ ਗਏ ਨੇ। ਪ੍ਰਭ ਆਪ ਕਿਰਪਾ ਧਾਰੀਆ, ਪ੍ਰਭ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣੇ ਪਿਆਰਿਆਂ ਉੱਪਰ ਇਹ ਕਿਰਪਾ ਧਾਰੀ ਕਿਰਪਾ ਕੀਤੀ ਹੈ। ਹਰ ਚਰਨ ਲਾਗੇ ਸਦਾ ਜਾਗੇ, ਜੋ ਵਾਹਿਗੁਰੂ ਜੀ ਕੇ ਨਾਮ ਰੂਪੀ ਸ਼ਬਦ ਰੂਪੀ ਚਰਨਾਂ ਦੇ ਨਾਲ ਲੱਗ ਗਏ ਗੁਰਮੁਖ ਜਾਨ, ਉਹ ਸਦਾ ਹੀ ਗਿਆਨ ਅਵਸਥਾ ਵਿੱਚ ਜਾਗਦੇ ਹਨ। ਮਿਲੇ ਪ੍ਰਭ ਬਨਵਾਰੀਆ, ਮਿਲੇ ਪ੍ਰਭ, ਉਹ ਪ੍ਰਭੂ ਨੂੰ ਮਿਲ ਪਏ, ਜੋ ਪ੍ਰਭੂ ਬਨ ਵਾਰੀਆ ਸੰਸਾਰ ਰੂਪੀ ਬਨ ਬਗੀਚੇ ਦਾ ਵਾਲੀ ਮਾਲਕ ਹੈ, ਉਸ ਸਰਬ ਸੰਸਾਰ ਦੇ ਮਾਲਕ ਪਰਮਾਤਮਾ ਦੇ ਨਾਲ ਮਿਲ ਗਏ। ਸ਼ੁਭ ਦਿਵਸ ਆਏ ਸਹਿਜ ਪਾਏ, ਜਦੋਂ ਸਹਿਜ ਆਤਮਿਕ ਅਡੋਲਤਾ ਨੂੰ ਪਾ ਲਿਆ, ਜਦੋਂ ਸਹਿਜ ਆਨੰਦ ਅਵਸਥਾ ਨੂੰ ਪਾ ਲਿਆ, ਤਾਂ ਸਹਿਜ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਸ਼ੁਭ ਦਿਵਸ ਆਏ, ਭਲੇ ਦਿਨ ਆਏ, ਪਵਿੱਤਰ ਦਿਨ ਆਏ, ਭਾਗਾਂ ਭਰੇ ਦਿਨ ਆਏ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਸਹਿਜੇ ਹੀ ਪ੍ਰਾਪਤ ਕਰ ਲਿਆ ਹੈ। ਸਗਲ ਨਿਤ ਪ੍ਰਭ ਪਾਗੇ, ਪਰਮਾਤਮਾ ਨੂੰ ਪਾ ਕੇ ਗੁਰਮੁਖ ਜਨ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਖਜ਼ਾਨਿਆਂ ਦੇ ਮਾਲਕ ਬਣ ਗਏ।
ਸਾਰੇ ਆਨੰਦਾਂ ਵਿੱਚ ਉਹਨਾਂ ਦਾ ਮਨ ਜਿਹੜਾ ਇੱਕ ਮਿਕ ਹੋ ਗਿਆ, ਭਿੱਜ ਗਿਆ ਹੈ। ਬਿਨਵੰਤ ਨਾਨਕ ਸਰਨ ਸੁਵਾਮੀ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਇਉਂ ਸੁਆਮੀ ਅਕਾਲ ਪੁਰਖ ਵਾਹਿਗੁਰੂ ਕੀ ਸ਼ਰਨ ਵਿੱਚ ਆ ਕੇ ਸਦਾ ਹਰ ਜਨ ਤਾਗੇ। ਹਰੀ ਕੇ ਜਨ ਸਦਾ ਉਸ ਪਰਮਾਤਮਾ ਨਾਲ ਇਉਂ ਇੱਕ ਮਿਕ ਹੋਏ ਪਰੋਤੇ ਰਹਿੰਦੇ ਨੇ ਜਿਵੇਂ ਮਣਕਿਆਂ ਵਿੱਚ ਤਾਗਾ ਪਰੋਇਆ ਹੋਇਆ ਹੁੰਦਾ। ਸਦਾ ਹਰ ਜਨ ਤਾਗੇ, ਪਰਮਾਤਮਾ ਦੇ ਪਿਆਰੇ ਸਦਾ ਤੱਗੇ ਭਾਵ ਲੱਗੇ ਹੋਏ ਨੇ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ। ਸਦਾ ਹਰ ਜਨ ਤਾਗੇ, ਸਦਾ ਨਾਮ ਸਿਮਰਨ ਵਿੱਚ ਲੱਗਣ ਕਰਕੇ ਤਾਗੇ ਤੱਤ ਗਿਆਨ ਦੇ ਪ੍ਰਾਪਤੀ ਵਾਲੇ ਹੋ ਗਏ, ਗਿਆਨਵਾਨ ਬਣ ਗਏ, ਤੱਤ ਗਿਆਤੇ ਹੋ ਗਏ ਗੁਰਮੁਖ ਜਨ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਭਾਉ ਭਗਤੀ ਦੇ ਸਦਕਾ ਆਪਣੇ ਨਾਲ ਮੇਲ ਲਿਆ। ਸੋ ਇਹ ਪਰਮਾਤਮਾ ਦੇ ਮਿਲਾਪ ਦੇ ਆਨੰਦ ਵਾਲੀ ਜਿਹੜੀ ਅਵਸਥਾ ਹੈ, ਇਸ ਦਾ ਵਰਣਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਕੀਤਾ ਹੈ। ਅਰਦਾਸ ਬੇਨਤੀ ਗੁਰੂ ਕੇ ਚਰਣਾਂ ਵਿੱਚ ਇਹ ਕਰੀਏ ਜੋ ਆਰੰਭ ਵਿੱਚ ਸਲੋਕ ਵਿੱਚ ਮਹਾਰਾਜ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਕਿ ਮਹਾਰਾਜ ਸਾਡੀ ਸ਼ੁਭ ਚਿਤਵਨੀ ਹੋਵੇ, ਆਪਾਂ ਆਪ ਜੀ ਕੇ ਨਾਮ ਦਾ ਸਿਮਰਨ ਕਰਦੇ ਰਹੀਏ, ਸਾਧੂ ਜਨਾਂ ਦੀ ਸੰਗਤ ਕਰੀਏ ਅਤੇ ਘੜੀ ਮਾਤਰ ਵੀ ਆਪ ਜੀ ਕਾ ਨਾਮ ਨਾ ਵਿਸਰੇ। ਇਹ ਅਰਦਾਸਾਂ ਬੇਨਤੀਆਂ ਕਰਕੇ ਦਾਤਾਂ ਸਤਿਗੁਰਾਂ ਦੇ ਕੋਲੋਂ ਆਪਾਂ ਮੰਗੀਏ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਦੀ ਸਮੱਤ ਬਖਸ਼ਣੀ। ਸੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ। ਬਿਨਵੰਤ ਨਾਨਕ ਸਰਨ ਸੁਵਾਮੀ, ਸਦਾ ਹਰ ਜਨ ਤਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।